विजन पंजाब टीवी वेख रहे सारे ही दर्शकों का स्वागत है। तुसी वेख रहे हो तुहाडा फेवरेट शो उल्ट पुल्ट ते हर वार दी तरह असी यानी कि मैं अनु कौड़ा ते मेरे नाल ने रवि संग्राहूर जी लेके हाजिर हां जी थोड़े सारां दा फेवरेट शो ते देखांगे कि की खास रवि संग्राहूर जी अज सानू दसन वाले ने। हां जी रवि जी, की हाल क्या बात है, इत्थे वी सस्पेंस ने कि देखो असी प्रोग्राम कर रहे हां, असी एदां बैठे हुए हां और देखांगे कि अज रवि जी की लेके आए। बिल्कुल, की लेके आए रवि जी? अज मैं घरे गया सी ते बिस्कुट लेके आया। अच्छा। मैं देसी घ्यो दे कढवाए हुए। नहीं, मौसम इन्ना सोहना होया, मैं ते कहा किते चाह पकौड़ियां दा इंतजाम किता होवे। नहीं, ए वी ता चाह च डबो डबो ही खाई दे है ना। पकौड़ियां दा मजा कुछ होर हुंदा है ना। पकौड़ियां दा मजा कुछ होर हुंदा है, पर पहली गल ए है वी जेड़ा मौसम है ओ बहुत खुशगवार है। बिल्कुल, बहुत सोहना मौसम बनिया पै। मैनू लगदा कि सारे पंजाब दे विच है जेड़ा बारिश हो गई है, चंडीगढ़ दे विच वी बारिश हो गई है, गर्मी तो राहत मिली है, ते जिथे किसानां दे चेहरे आपां नूं हुण खिले खिले देखदे आ क्योंकि पानी दी बड़ी जरूरत सी, झोने दी लवाई दा जिहड़ा सीजन आ चल रिहा और पानी दी जिहड़ी पूर्ति सी ओह हो गई है और किसान जिहड़े आ ओह बड़े जोरां शोरां दे नाल अपने खेतां दे विच काम करन लगे पए होए जी। बिल्कुल, और इसे जोरां शोरां दे नाल सारे काम करी जांदे आ। अच्छा। हां, ते सारयां दे विच ओह वी आउंदे आ जिहड़े सुबह सुबह ठेके ते मत्था टेक के आउंदे आ। पर सवेरे सवेरे जांदे आ और उथे मथा टेकदे आ जाके वी भाई साडा कोटा पूरा करो। अच्छा। और तड़के तुसी देख सकदे हो वी ठेकियां ते जो लाइना लगियां हुंदियां। ओहो, मैं नहीं देखिया, तुसी जांदे होणे, तुसी देखिया होणे। नहीं, असीं फिर लंघदे टपदे रहीदा ना। अच्छा। क्योंकि अजकल दो तीन चीजा की भरमार है पंजाब दे विच, एक तां नशा छड़ाऊ केंद्र, दूजे आईलेट सेंटर, ते तीजे ठेके। बिल्कुल, जिन्हां दे बोतल ते लिखा हुंदा है भाई सेहत लई हानिकारक है, ये नहीं पीनी चाहीदी। बिल्कुल, ते थोनू पता है कि ये क्यों बनाए गए ने, चीजा सारियां ना इंटरलिंक्ड ने, थोनू पता किवें? किवें? ਪੰਜਾਬ ਦੇ ਜਿੰਨੇ ਨੌਜਵਾਨ ਨੇ ਸਾਰੇ ਜਾਣਾ ਚਾਹੁੰਦੇ ਨੇ ਬਾਹਰ, ਇਸ ਲਈ ਜਾਂਦੇ ਨੇ ਆਈਲੈਟਸ ਦੇ ਜਿਹੜੇ ਸੈਂਟਰ ਬਣੇ ਹੋਏ ਨੇ ਉੱਥੇ। ਜਿਹੜੇ ਨਹੀਂ ਕਾਮਯਾਬ ਹੋ ਪਾਉਂਦੇ, ਜਿਹੜੇ ਨਹੀਂ ਬਾਹਰ ਜਾ ਪਾਉਂਦੇ, ਫਿਰ ਉਹ ਨਸ਼ਿਆਂ ਵੱਲ ਉਹ ਤੁਰਦੇ ਨੇ ਠੇਕੇ ਨੂੰ। ਕੀ ਬਾਤ ਹੈ, ਸਹੀ ਹੈ, ਨਸ਼ਿਆਂ ਵੱਲ ਨੂੰ ਲੱਗ ਜਾਂਦੇ ਨੇ, ਫਿਰ ਉਸ ਤੋਂ ਬਾਅਦ ਨਸ਼ਾ ਛਡਾਓ ਕੇਂਦਰ ਬਣਾਤੇ ਉਹਨਾਂ ਨੇ। ਬਿਲਕੁਲ, ਔਰ ਜਿਹੜੇ ਵੱਡੇ ਨਸ਼ੇ ਵੱਲ ਨਹੀਂ ਜਾ ਸਕਦੇ ਉਹ ਫਿਰ ਠੇਕਿਆਂ ਤੇ ਜਾ ਵੜਦੇ। ਹਾਂ, ਬਿਲਕੁਲ। ਗੱਲ ਆਪਾਂ ਮੌਸਮ ਦੀ ਕਰਦੇ ਸੀ, ਮੀਂਹ ਪਿਆ ਭਾਈ, ਬੜਾ ਠੰਡਾ ਠੰਡਾ ਮੌਸਮ ਹੈ ਔਰ ਇੱਥੇ ਬਹੁਤ ਸਾਰੇ ਜਿਹੜੇ ਹੈਗੇ ਆ ਪੀਣ ਦੇ ਸ਼ੌਕੀਨ ਜਿਹੜੇ ਹੈ ਉਹ ਹੁਣ ਇਹ ਗੱਲ ਲਗਾਤਾਰ ਕਹਿੰਦੇ ਜਾਂਦੇ ਆ ਵੀ ਭਾਈ ਦਾਰੂ ਬਹੁਤ ਮਾੜੀ ਆ, ਆਓ ਇਹਨੂੰ ਆਪਾਂ ਰਲ ਮਿਲ ਕੇ ਪੀ ਕੇ ਇਹਦਾ ਕੰਮ ਨਿਬੇੜੀਏ, ਇਹਨੂੰ ਖਤਮ ਕਰ ਦਈਏ। ਮੈਂ ਨਾ ਮੈਂ ਦੋ ਤਿੰਨ ਦਿਨ ਆਹ ਹੁਣ ਮੀਂਹ ਪੈ ਰਿਹਾ ਨਾ ਚੰਡੀਗੜ੍ਹ ਦੇ ਵਿੱਚ ਤੇ ਮੈਂ ਲੱਗਾ ਹੋਇਆ ਸੀ ਸਰਵੇ ਕਰਨ ਤੇ ਵੀ ਦੇਖੀਏ ਕੀ ਕੁਛ ਵਾਪਰ ਰਿਹਾ ਹਨਾ, ਕੀ ਕੁਛ ਨਵਾਂ ਸਾਨੂੰ। ਮੈਂ ਕਹਾਂ ਕਿੱਧਰ ਨੂੰ ਨਿਕਲੇ ਹੋਏ ਨੇ ਦੋ ਦਿਨ ਦੇ ਵੀ ਮੈਂ ਦੇਖਣ ਗਿਆ ਸੀਗਾ ਵੀ ਆਪਾਂ ਨੂੰ ਕੀ ਹੋਰ ਨਵਾਂ ਮਿਲ ਸਕਦਾ, ਕੀ ਚੱਲ ਰਿਹਾ ਅੱਜ ਕੱਲ, ਪਰ ਦੇਖਣ ਨੂੰ ਇਹੀ ਮਿਲਿਆ ਵੀ ਜਿੱਥੇ 10 ਕੁ ਬੰਦਿਆਂ ਦੀ ਲਾਈਨ ਹੁੰਦੀ ਸੀ ਨਾ ਹੁਣ ਉਹ ਵੱਧ ਕੇ 20 ਦੀ ਹੋਗੀ। ਮਤਲਬ ਤੁਸੀਂ ਸਾਰਾ ਦਿਨ ਖੜੇ ਇਹੀ ਦੇਖਦੇ ਰਹਿੰਦੇ ਸੀ? ਮੈਂ ਪੂਰਾ ਸਰਚ ਆਪਰੇਸ਼ਨ ਕਰ ਰਿਹਾ ਸੀ ਜਿਵੇਂ PhD ਵਾਲੇ ਨੀ ਸਰਚ ਕਰਦੇ ਹੁੰਦੇ ਹਨਾ ਕਿਸੇ ਵਿਸ਼ੇ ਤੇ, ਤੇ ਇਸ ਵਾਰੀ ਮੈਂ ਇਸ ਵਿਸ਼ੇ ਤੇ ਲੱਗਾ ਹੋਇਆ ਸੀ। ਮੈਂ ਕਿਹਾ ਵੀ ਦੇਖੀਏ ਤੇ ਉਹ ਫਿਰ ਇੱਕ ਦੂਜੇ ਨੂੰ ਕਹੀ ਜਾਂਦੇ ਰਹਿੰਦੇ ਆ ਜਦੋਂ ਬੈਠੇ ਹੁੰਦੇ ਨਾ ਤਿੰਨ ਚਾਰ ਜਣੇ ਪੀਣ ਲੱਗਦੇ ਆ ਬੈਠੇ ਹੁੰਦੇ ਆ, ਪਰ ਉਹ ਕਹਿੰਦੇ ਆ ਆ ਚੱਕ ਯਾਰ ਤੂੰ ਲਾ ਲਾ। ਅੱਛਾ। ਉਹ ਕਹਿੰਦਾ ਨਾ ਨਾ ਮੈਂ ਲਾ ਲਈ ਤੂੰ ਲਾ ਲਾ। ਅੱਛਾ, ਇਹਦਾ ਕੀ ਰੀਜ਼ਨ ਹੈ? ਉਹ ਕਹਿੰਦਾ ਵੀ ਨਹੀਂ 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 ਤੂੰ ਲਾ ਲਾ। ਉਹ ਕਹਿੰਦਾ ਨਹੀਂ ਮੈਂ ਲਾ ਲਈ। ਉਹ ਐ ਨੀ ਪਤਾ ਲੱਗਦਾ ਵੀ ਕਹਿੰਦੇ ਤਾਂ ਐ ਹੁੰਦੇ ਆ ਵੀ ਚੱਲ ਤੂੰ ਯਾਰ ਵੀ ਪੈਗ ਲਾ ਲਾ ਹਨਾ, ਵੀ ਕਹਿੰਦੇ ਤਾਂ ਐ ਹੁੰਦੇ ਆ, ਪਰ ਕਈ ਇੱਕ ਆਪਦੇ ਇੱਕ ਆਪਦੇ ਆਪ ਨੂੰ ਲਾ ਲਾ ਕਹੀ ਜਾਊਗਾ, ਦੂਜਾ ਆਪਣੇ ਆਪ ਨੂੰ ਲਾ ਲਈ ਕਹੀ ਜਾਊਗਾ। ਕੀ ਗੱਲ ਜੀ ਹੋਣੀ? ਨਹੀਂ ਗੱਲ ਕੀ ਬਣੀ, ਲਾਲੇ ਨੀ ਹੁੰਦੇ ਜਿਹੜੇ ਦੁਕਾਨਾਂ ਤੇ ਹੱਟੀਆਂ ਵਾਲੇ ਹਨਾ, ਉਹ ਲਾਲਾ ਜੀ ਆਪਾਂ ਬੋਲਦੇ ਹਾਂ ਜਿਹਨਾਂ ਨੂੰ। ਅੱਛਾ। ਉਹ ਨਾਲ ਜਿਹੜੇ ਉਹਨਾਂ ਦੇ ਮਿਸੀ ਬੈਠੇ ਉਹਨਾਂ ਨੂੰ ਲਾਲੀ ਬੋਲ ਦਿੰਦੇ ਆਪਾਂ। ਅੱਛਾ, ਹਨਾ, ਪਿੰਡਾਂ ਦੇ ਵਿੱਚ ਖਾਸ ਕਰਕੇ ਚੱਲਦਾ ਸਾਡੇ ਮਾਲਵੇ ਵਾਲੇ ਪਾਸੇ ਬੋਲਦੇ ਆ, ਉਹ ਇੱਕ ਦੂਜੇ ਨੂੰ ਕਹੀ ਜਾਣਗੇ ਨਹੀਂ ਨਹੀਂ ਤੂੰ ਲਾ ਲਾ, ਕਹਿੰਦਾ ਨਹੀਂ ਨਹੀਂ ਮੈਂ ਲਾ ਲਈ, ਉਹ ਕਹਿੰਦਾ ਨਹੀਂ ਤੂੰ ਲਾ ਲਾ। ਫਿਰ ਇਹ ਤੁਸੀਂ ਤਾਂ ਨਹੀਂ ਲਾ ਲੂ ਕੇ ਆਏਗੀ? ਨਹੀਂ, ਮੈਂ ਕਿਹਾ ਪਤਾ ਨੀ ਕੀ ਦੇਖਣ ਲੱਗ ਗਏ ਵੀ ਕਿਤੇ ਪਿਆ ਤਾਂ ਨੀ ਸਮਾਨ ਇਹਦੇ ਚ ਕੁਝ। ਮੈਂ ਵੀ ਉਹੀ ਦੇਖ ਰਹੀ ਸੀ, ਮੈਂ ਕਿਹਾ ਇਹ ਬਹਿਕੀ ਬਹਿਕੀ ਜੀ ਗੱਲਾਂ ਕਿਧਰੋਂ ਨਿਕਲ ਰਹੀਆਂ ਨੇ। ਫਿਰ ਇਹ ਚੱਲ ਰਿਹਾ ਭਾਈ ਮੌਸਮ ਹੈ ਜਿਹੜਾ ਉਹ ਬੜਾ ਵਧੀਆ, ਔਰ ਜਿਹੜੇ ਤੁਸੀਂ ਪਕੌੜਿਆਂ ਦੀ ਗੱਲ ਕੀਤੀ ਸੀ ਉਹ ਪਕੌੜੇ ਫਿਰ ਇਕੱਲੇ ਖਾਣ ਦਾ ਮਜ਼ਾ ਨਹੀਂ ਆਉਂਦਾ ਉਹਨਾਂ ਨੂੰ, ਪੀਣ ਵਾਲਿਆਂ ਨੂੰ, ਉਹ ਫਿਰ ਨਾਲ ਨਾਲ ਪੀਂਦੇ ਆ, ਫਿਰ ਨਾਲ ਨਾਲ ਪਕੌੜੇ ਵੀ ਖਾਂਦੇ। ਤੁਸੀਂ ਕਿੰਨਾ ਕੁ ਮਜ਼ਾ ਲਿੱਤਾ ਇਹ ਪੀਣ ਦਾ? ਨਹੀਂ, ਮੈਂ ਐਕਸਪੀਰੀਅੰਸ ਲੱਗਦਾ ਤੁਹਾਨੂੰ? ਮੈਂ ਪੀਣ ਵਾਲਿਆਂ ਦੇ ਕੋਲੇ ਨਹੀਂ ਖੜਦਾ, ਨਾਲ ਹੀ ਬਹਿ ਜਾਂਦਾ। ਅੱਛਾ, ਨਾਲ ਹੀ ਬਹਿ ਜਾਂਦਾ। ਨਹੀਂ, ਇਹ ਕਈ ਕਹਿੰਦੇ ਹੁੰਦੇ ਆ, ਇਹ ਗੱਲ ਵੀ ਮੈਂ ਸੁਣੀ ਹੈ। ਅੱਛਾ। ਇਹ ਜਿਹੜੇ ਪੀਣ ਵਾਲੇ ਆ ਨਾ, ਇਹਨਾਂ ਤੇ ਮੇਰੀ
ਮੇਰੀ ਬੜੀ ਸਰਚ ਚੱਲਦੀ ਹੈ ਨਾ ਤੇ ਮੈਂ ਬੜਾ ਡੰਗਾਈ ਨਾਲ ਜਾਣਦਾ ਇਹਨਾਂ ਨੂੰ। ਨਹੀਂ ਪਰ ਕਿਉਂ ਇਹ ਕਾਰਨ ਕੀ ਹੈ ਇਸ ਚੀਜ਼ ਤੇ ਸਰਚ? ਨਹੀਂ ਤੁਸੀਂ ਤੁਸੀਂ ਸਿੱਧੇ ਤੌਰ ਤੇ ਮੇਰੇ ਤੇ ਸ਼ੱਕ ਕਰ ਰਹੇ ਹੋ ਜੇ ਮੈਂ ਤੁਹਾਨੂੰ ਕੋਈ ਜਾਣਕਾਰੀ ਦੇ ਰਿਹਾ। ਤੁਸੀਂ ਆਪ ਹੀ ਕਿਹਾ ਸੀ ਅੱਜ ਰਵੀ ਜੀ ਕੀ ਲੈ ਕੇ ਆਇਆ, ਜੇ ਕੁਛ ਮੈਂ ਲਿਆ ਕੇ ਦੱਸ ਰਿਹਾ ਤੇ ਇੱਥੇ ਮੇਰੇ ਸ਼ੱਕ ਹੋ ਰਿਹਾ। ਮੈਂ ਸ਼ੱਕ ਨਹੀਂ ਕਰ ਰਹੀ, ਮੈਂ ਸਿੱਧੇ ਤੌਰ ਤੇ ਇਲਜ਼ਾਮ ਲਾ ਰਹੀ ਹਾਂ। ਹਾਂ ਸਿੱਧੇ ਤੌਰ ਤੇ ਇਲਜ਼ਾਮ, ਦੱਸੋ ਮੈਂ ਕਿੰਨਾ ਸੌਫਟ ਜਿਹਾ ਸ਼ਬਦ ਦੇਈ ਜਾਂਦਾ ਸੀ। ਸ਼ੱਕ ਹੋ ਰਿਹਾ ਤਾਂ ਇਲਜ਼ਾਮ ਲੱਗ ਰਿਹਾ ਭਾਈ, ਬਿਲਕੁਲ। ਔਰ ਕਿਉਂ ਲੱਗ ਰਿਹਾ ਤੁਹਾਨੂੰ, ਕੀ ਲੱਗਦਾ ਕਿ ਮੈਂ ਅੱਜ ਜਿਹੜਾ ਮਾਹੌਲ ਤੁਸੀਂ ਬਣਾਇਆ ਹੋਇਆ ਉਹ ਇਹ ਸ਼ਰਾਬ ਦੇ ਇਰਦ ਗਿਰਦ ਹੀ ਕਿਉਂ ਘੁੰਮ ਰਿਹਾ? ਮੇਰਾ ਮੇਨ ਰੀਜ਼ਨ ਮੈਂ ਦੱਸਿਆ ਨਾ, ਮੈਂ ਪਿਛਲੇ 2 ਦਿਨਾਂ ਤੋਂ, ਦੇਖੋ ਮੈਂ 2 ਦਿਨਾਂ ਤੋਂ ਪੂਰਾ ਸਮਾਂ ਜਿਹੜਾ ਆਪਦਾ ਇਹ ਸਰਚ ਤੇ ਲਾਇਆ। ਅੱਛਾ ਵੀ ਕੀ ਹੈ ਇਹ ਚੀਜ਼, ਕੀ ਹੈ, ਅੱਛਾ ਇਹ ਕਿਉਂ ਹੈ? ਅੱਛਾ ਲੱਭਿਆ। ਅੱਛਾ ਮੈਂ ਉੱਥੇ ਖੜਾ ਸੀ ਇੱਕ ਸਰਚ ਦੇ ਦੌਰਾਨ ਜਿਹੜਾ ਮੇਰਾ ਸਰਵੇ ਚੱਲ ਰਿਹਾ ਸੀ, ਮੈਂ ਉੱਥੇ ਕਿਸੇ ਦੀ ਗੱਲ ਸੁਣ ਰਿਹਾ ਸੀ ਤਾਂ ਉਹ ਕਹਿੰਦੇ ਕਿ ਕੋਈ ਬੰਦਾ ਕਹਿੰਦਾ ਦੂਜੇ ਦੋਸਤ ਨੂੰ ਕਹਿੰਦਾ, ਅੱਛਾ ਕਹਿੰਦਾ ਵੀ ਇਹ ਯਾਰ ਪੀ ਲੈਂਦਾ? ਅੱਛਾ ਉਹ ਕਹਿੰਦਾ ਨਾ ਨਾ ਜਮਾ ਹੀ ਨਹੀਂ। ਕਹਿੰਦਾ ਅੱਛਾ ਯਾਰ ਮੈਨੂੰ ਤਾਂ ਲੱਗਦਾ ਸੀ ਪੀ ਲੈਂਦਾ ਹੋਊਗਾ। ਕਹਿੰਦਾ ਨਾ ਨਾ ਜਦੋਂ ਕਹਿੰਦਾ ਇਹਦੇ ਮੂਹਰੇ ਬੋਤਲ ਰੱਖ ਦੇਈਦੀ ਆ, ਬੋਤਲ ਨੂੰ ਫਿਕਰ ਪੈ ਜਾਂਦਾ ਵੀ ਹੁਣ ਮੇਰਾ ਬਣੂ ਕੀ, ਬਾਕੀ ਤੂੰ ਆਪ ਸਾਹਿਬ ਲਾ ਲੈ ਪੀਂਦਾ ਹੋਊ ਕਿ ਨਾ। ਦੁਕਾਨਾਂ ਤੇ ਕੰਮ ਕਰਦੇ ਆ ਹਨਾ, ਉਹਨਾਂ ਨੇ ਉੱਥੋਂ ਛੁੱਟੀਆਂ ਲੈ ਲਈਆਂ ਤੇ ਜਾਂ ਫਿਰ ਆਪਣੀਆਂ ਦੁਕਾਨਾਂ ਨੂੰ 2 ਦਿਨਾਂ ਵਾਸਤੇ ਬੰਦ ਕਰ ਲਿਆ, ਏਸੀ ਛੱਡ ਲਿਆ, ਉੱਤੇ ਰਜਾਈ ਲੈ ਲਈ ਹੈ, ਠੀਕ ਹੈ, ਸਮਾਨ ਪੂਰਾ ਵਿੱਚ ਆਈਸ ਕਿਊਬ ਔਰ ਸਾਰਾ ਕੁਛ ਰੱਖ ਲਿਆ ਔਰ ਪੂਰੇ ਮਜ਼ੇ ਲੈ ਰਹੇ ਆ ਇਸ ਵੇਲੇ। ਉਹ ਜਿਹੜੇ ਤੁਸੀਂ ਡਿਟੇਲਸ ਦੱਸ ਰਹੇ ਹੋ ਨਾ, ਪੂਰੀ ਆਈਸ ਕਿਊਬਸ ਮਜ਼ੇ ਲੈ ਰਹੇ ਨੇ ਉਹ। ਆਪਾਂ ਦੇਖੋ ਫਿਰ ਆਪਣੇ ਅੰਦਰ ਦਾ ਅਰਮਾਨ ਜਾਗ ਰਿਹਾ, ਉਹ ਸਰਚੀ ਕਾਦੀ ਹੋਈ ਜੀ ਤੇ ਆਪਾਂ ਡਿਟੇਲ ਚ ਗੱਲ ਨਾ ਕਰ ਸਕੇ। ਅੱਛਾ ਮੈਂ ਆਪਣੇ ਆਪ ਨੂੰ ਮੈਂ ਦੱਸਿਆ ਕਿ 2 ਦਿਨ ਪੂਰੇ ਪੂਰੇ 48 ਘੰਟੇ ਮੈਂ ਇਸ ਚੀਜ਼ ਤੇ ਸਰਚ ਕੀਤੀ ਆ ਔਰ ਮੈਂ ਜਿਹੜਾ ਇਹ ਭੰਡਾਰ ਅੱਜ ਤੁਹਾਡੇ ਸਾਹਮਣੇ ਖੋਲ ਰਿਹਾ ਇਹ ਮੇਰੀ ਸਰਚ ਦਾ ਨਤੀਜਾ। ਇਹ ਮੈਂ ਸਰਚ ਕੀਤੀ ਆ ਤਾਂ ਤੁਹਾਨੂੰ ਮੈਂ ਦੱਸ ਰਿਹਾ ਔਰ ਮੇਰੇ ਤੇ ਇਲਜ਼ਾਮ ਨਾ ਲਾਓ, ਸ਼ੱਕ ਨਹੀਂ ਕੀਤਾ ਜਾਣਾ ਚਾਹੀਦਾ। ਇਹ ਸਰਚ ਦਾ ਲਾਸਟ ਚ ਸਾਨੂੰ ਇਹ ਦੱਸੋ ਵੀ ਸਿੱਟਾ ਕੀ ਨਿਕਲਿਆ? ਸਿੱਟਾ ਇਹ ਨਿਕਲਦਾ ਵੀ ਭਾਈ ਜਿਹੜੇ ਸਵੇਰ ਤੋਂ ਲੱਗ ਪੈਂਦੇ ਆ ਨਾ ਪੀਣ ਵਾਸਤੇ, ਸਵੇਰੇ ਚੱਲ ਪੈਂਦਾ ਕੰਮ, ਸ਼ਾਮ ਨੂੰ ਉਹਨਾਂ ਦੇ ਤੋਤੇ ਉੱਡ ਜਾਂਦੇ ਆ, ਉਹ ਫਿਰ ਆਪਣੇ ਆਪ ਤੋਂ ਬਾਹਰ ਹੋ ਜਾਂਦੇ ਆ, ਫਿਰ ਜਾਂ ਤਾਂ ਉਹ ਕਿਸੇ ਤੋਂ ਜੁੱਤੀਆਂ ਖਾਂਦੇ ਆ, ਛਿੱਤਰ ਖਾਂਦੇ ਆ ਤੇ ਜਾਂ ਫਿਰ ਕਿਸੇ ਨਾਲੀ ਚ ਡਿੱਗੇ ਹੁੰਦੇ ਆ ਤੇ ਕੁੱਤੇ ਉਹਨਾਂ ਦਾ ਸਵਾਗਤ ਕਰ ਰਹੇ ਹੁੰਦੇ ਆ। ਬਿਲਕੁਲ, ਮੈਨੂੰ ਲੱਗਦਾ ਵੀ ਪਤਾ ਨੀ ਮਤਲਬ ਇੱਕ ਸਵਾਲ ਮਨ ਚ ਉੱਠਦਾ ਵੀ ਕਿਉਂ ਲੋਕੀ ਪਹਿਲੀ ਗੱਲ ਤਾਂ ਇਹ ਸ਼ਰਾਬ ਪੀਂਦੇ ਨੇ, ਕੀ ਇਹੋ ਜਿਹਾ ਇਹਨਾਂ ਨੇ ਸਰੂਰ ਕਰਨਾ ਹੁੰਦਾ, ਕੀ ਨਸ਼ਾ ਕਰਨਾ ਹੁੰਦਾ, ਕਿਉਂਕਿ ਸਿੰਪਲ ਜੇ ਦੇਖਿਆ ਜਾਵੇ ਤਾਂ ਮੌਸਮ ਵੈਸੇ ਬਹੁਤ ਵਧੀਆ ਹੋਇਆ ਹੋਇਆ, ਮੌਸਮ ਦੇ ਤੇ ਪਵਾੜੇ ਆ ਨਾ ਸਾਰੇ। ਨਹੀਂ ਮਤਲਬ ਦਾਰੂ ਦੀ ਕੀ ਲੋੜ ਹੈ, ਮਾਹੌਲ ਸਾਰੇ ਪਵਾੜੇ ਆ, ਮੌਸਮ ਪਾਉਂਦਾ, ਐਵੇਂ ਥੋੜੀ ਮੀਂਹ ਮੰਗਦੇ ਰਹਿੰਦੇ ਆ, ਬੜੀ ਗਰਮੀ ਆ ਬੜੀ ਗਰਮੀ ਆ ਭਾਈ ਮੀਂਹ ਪਾ ਦੇ ਥੋੜਾ ਜਿਹਾ, ਉਪਰ ਨਾਲ ਦੀ ਨਾਲ ਲਾਹ ਲੈਣ ਲੱਗ ਪੈਂਦੇ ਆ। ਫਿਰ ਹੋਰ ਜਿਹੜੇ ਉਹ ਚਿਕਨ ਵਾਲੀਆਂ ਦੁਕਾਨਾਂ ਨੀ ਹੁੰਦੀਆਂ, ਉੱਥੇ ਉਹਨਾਂ ਦੇ ਰੇਟ ਲਿਖ ਕੇ ਲਾਏ ਹੁੰਦੇ ਆ, 180 ਰੁਪਏ ਕਿਲੋ, 170 ਰੁਪਏ ਕਿਲੋ, ਜਦੋਂ ਹੀ ਮੀਂਹ ਪੈਂਦਾ ਦੇਖਦੇ ਆ ਜੋ ਬੱਦਲ ਜੇ ਹੋ ਗਏ, ਨਾਲ ਦੀ ਨਾਲ ਨਵੀਆਂ ਪਲੇਟਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ, 250 ਰੁਪਏ ਕਿਲੋ, 300 ਕਿਲੋ। ਹਾਂ ਤੇ ਸਭ ਤੋਂ ਜ਼ਿਆਦਾ ਕੰਮ ਦੱਸੋ ਕਿਹਦੇ ਚੱਲਦਾ ਮੀਂਹ ਦੇ ਮੌਸਮ? ਦੋਵਾਂ ਦਾ ਹੀ, ਇੱਕ ਠੇਕੇ ਵਾਲਿਆਂ ਦਾ ਔਰ ਇੱਕ ਚਿਕਨ ਦੇ ਦੁਕਾਨ ਵਾਲਿਆਂ ਦਾ, ਦੂਜੇ ਪਕੌੜੇ ਵਾਲਿਆਂ ਦਾ, ਦੂਜੇ ਪਕੌੜੇ ਵਾਲਿਆਂ ਦਾ ਵੀ। ਹਾਂ ਜਿਹੜੇ ਕੋਈ ਆਪਣੇ ਵਰਗੇ ਹੁੰਦੇ ਆ ਵਿਚਾਰੇ ਹਨਾ, ਉਹਨਾਂ ਨੇ ਤਾਂ ਫਿਰ ਪਕੌੜੇ ਪੂੜੇ ਖਾਣੇ ਆ, ਤੇ ਸਾਡੇ ਵਾਲੇ ਤਾਂ ਚਾਹ ਚੁੱਪੀ ਕੇ ਸਾਰ ਲੈਂਦੇ। ਨਹੀਂ ਉਹ ਨਹੀਂ ਕਹਿੰਦੇ ਵੀ ਤੁਸੀਂ ਨਾ ਪੀਓ, ਨਹੀਂ ਜਿਹੜੇ ਨਹੀਂ ਪੀਂਦੇ ਹੁਣ ਕੁਛ ਤਾਂ ਪੀਣਗੇ ਨਾ। ਨਹੀਂ ਮੈਂ ਚਾਹ ਦੀ ਗੱਲ ਕਰਦਾ, ਤੁਸੀਂ ਹਰ ਗੱਲ ਨੂੰ ਇਲਜ਼ਾਮ ਕਿਉਂ ਲਾਉਂਦੇ ਹੋ ਮੇਰੇ ਤੇ, ਹਰ ਗੱਲ ਦਾ ਸ਼ੱਕ ਕਿਉਂ ਕਰਦੇ ਹੋ? ਮੈਂ ਚਾਹ ਦੀ ਗੱਲ ਕਰ ਰਿਹਾ, ਚਾਹ ਦੀ ਗੱਲ ਕਰ ਰਹੇ ਤੁਸੀਂ। ਦਿਮਾਗ ਜਿਹੜਾ ਆਪਣਾ ਇਹਨੂੰ ਸੈੱਟ ਰੱਖਣਾ ਚਾਹੀਦਾ ਜੀ, ਫਿਸਲੇ ਨਾ, ਇਹਨੂੰ ਕੰਟਰੋਲ ਚ ਰੱਖਣਾ ਚਾਹੀਦਾ। ਜਿਸ ਮੁੱਦੇ ਤੇ ਅਸੀਂ ਗੱਲ ਕਰ ਰਹੇ ਹਾਂ ਉੱਥੇ ਹੀ ਰਹੋ। ਅੱਛਾ ਠੀਕ ਹੈ। ਹਾਂ ਤੇ ਚਾਹ ਤੇ ਗੱਲ ਕਰਦੇ ਸੀ ਤਾਂ ਜਿਹੜੀਆਂ ਦਾਰੂ ਦੀਆਂ ਬੋਤਲਾਂ ਹੁੰਦੀਆਂ ਨਾ ਖਾਲੀ ਬੋਤਲਾਂ, ਉਹਦੇ ਚਾਹ ਮਿਲਦੀ ਐ ਨਾ ਕਹਦੇ ਹੋ ਹੁਣ? ਮੈਂ ਦੇਖੋ ਪਟਕਣਾ ਨੀ ਮੁੱਦੇ ਤੋਂ, ਮੈਂ ਇਹ ਕਹਿ ਰਿਹਾ ਕਿ ਜਿਹੜੀਆਂ ਬੋਤਲਾਂ ਹੁੰਦੀਆਂ ਨਾ ਦਾਰੂ ਦੀਆਂ, ਉਹ ਭਾਈ ਪੀ ਕੇ ਸੜਕਾਂ ਤੇ ਨਾ ਸਿੱਟਿਆ ਕਰੋ। ਔਰ ਮੇਨ ਜਿਹੜੀ ਗੱਲ ਹੈ, ਜਿਹੜੇ ਮੁੰਡੇ ਗੱਡੀਆਂ ਚ ਜਾਂਦੇ ਪੀਂਦੇ ਆ, ਮੈਂ ਇੱਕ ਵੱਡੀ ਉਦਾਹਰਣ ਦੇਣੀ ਚਾਹੁੰਦਾ ਇੱਥੇ। ਸਾਡੇ ਪੰਜਾਬ ਦੀ ਇੱਕ ਟੀਮ ਸੀ ਜਿਹਦੇ ਵਿੱਚ ਹਰਜੀਤ ਸਿੰਘ ਬਰਾੜ ਜਿਹੜਾ ਉਹ ਕਬੱਡੀ ਖੇਡਦਾ ਸੀ ਬਾਜਾ ਖਾਨਾ ਤੋਂ, ਉਹ ਆਪਣੀ ਜਦੋਂ ਕਾਰ ਦੇ ਵਿੱਚ ਜਾ ਰਹੇ ਸੀ ਤਾਂ ਉਹਨਾਂ ਦੇ ਇੱਕ ਬੋਤਲ ਪਈ ਸੀ ਸੀਟ ਦੇ ਥੱਲੇ, ਔਰ ਉਹ ਬੋਤਲ ਰੁੜ ਕੇ ਉਹਨਾਂ ਦੇ ਜਿਹੜਾ ਬ੍ਰੇਕ ਦੇ ਪੈਡਲ ਦੇ ਨੀਚੇ ਗਈ ਸੀ, ਔਰ ਉਹਨਾਂ ਦਾ ਜਿਹੜਾ 1 ਮਿੰਟ ਦੇ ਵਿੱਚ ਸਾਰਿਆਂ ਦੀ ਮੌਤ ਹੋ ਜਾਂਦੀ ਹੈ ਜਦੋਂ ਬ੍ਰੇਕ ਉਹਨਾਂ ਤੋਂ ਪੈਡਲ ਨਹੀਂ ਦੱਬਿਆ ਜਾਂਦਾ। ਬੇਸ਼ੱਕ ਤੁਸੀਂ ਇੰਜੋਏ ਕਰਨਾ ਲਾਈਫ, ਤੁਸੀਂ ਜੀਣੀ ਆ, ਕਿਵੇਂ ਜੀਣੀ ਆ ਕਿਵੇਂ ਨਹੀਂ ਜੀਣੀ ਹਰ ਇੱਕ ਦੀ ਆਪਣੀ ਆਪਣੀ ਰਿਸਪੋਂਸੀਬਿਲਿਟੀ ਆ, ਆਪਣੇ ਢੰਗ ਨਾਲ ਜੀਣੀ ਆ, ਕਿਸੇ ਨੇ ਸਮਝਾਇਆ ਕਿਸੇ ਨੇ ਸਮਝਣਾ ਹੁੰਦਾ। ਪਰ ਜਿਹੜੀ ਇੱਥੇ ਅਸੀਂ ਜਿਹੜੀ ਗੱਲ ਕਹਿਣੀ ਚਾਹੁੰਦੇ ਹਾਂ ਕਿ ਜੇ ਗੱਡੀ ਦੇ ਵਿੱਚ ਭਾਈ ਤੁਸੀਂ ਪੀਂਦੇ ਹੋ ਤਾਂ ਜਿਹੜੀਆਂ ਬੋਤਲਾਂ ਉਹਨਾਂ ਨੂੰ ਸੜਕ ਤੇ ਨਾ ਬਿਖੇਰੋ, ਨਾ ਸਿੱਟੋ,
ਉਹਨਾਂ ਨੂੰ ਕਿਸੇ ਐਸੀ ਜਗ੍ਹਾ ਸਿੱਟੋ ਜਿੱਥੇ ਸਿੱਟਣ ਦਾ ਉਹਨਾਂ ਦਾ ਜਾਂ ਕੋਈ ਡਸਟਬਿਨ ਵਗੈਰਾ ਲੱਗਿਆ ਜਾਂ ਕਿਤੇ ਖਾਲੀ ਪਲਾਟ ਹੈ ਜਿੱਥੇ ਕੁਛ ਪਹਿਲਾਂ ਹੀ ਕੂੜਾ ਕਰਕਟ ਪਿਆ ਉੱਥੇ ਸਿੱਟ ਦਿਓ, ਔਰ ਬੋਤਲ ਜਿਹੜੀ ਹੈ ਉਹ ਕਦੇ ਵੀ ਨਾ ਰੱਖੋ, ਉਹਨਾਂ ਨੂੰ ਜਿਹੜਾ ਉਹ ਹਮੇਸ਼ਾ ਮੂੰਹ ਨਾਲ ਲਾ ਕੇ ਰੱਖੋ। ਕੀ ਹੋਇਆ? ਬੋਤਲ ਨੂੰ ਹਮੇਸ਼ਾ ਮੂੰਹ ਨਾਲ ਲਾ ਕੇ ਰੱਖੋ, ਥੱਲੇ ਨਾ ਰੱਖੋ ਸੀਟ ਦੇ। ਨਹੀਂ ਕੀ ਮਤਲਬ, ਮੈਨੂੰ ਹੁਣੇ ਬੜਾ ਕਹਿ ਸੀ ਟੌਪਿਕ ਤੋਂ ਨਾ ਭਟਕੋ, ਇਹ ਨਾ ਕਰੋ, ਇਹ ਬੇਇੱਜ਼ਤੀਆ ਕੀ ਗੱਲ ਮਾਰੀ ਹੈ। ਦੇਖੋ ਸਿੱਖਿਆ ਵੀ ਦੇਣੀ ਹੈ ਤੇ ਨਾਲ ਨਾਲ ਉਹਨੂੰ ਦੱਸਣਾ ਨਾ ਵੀ ਇਹਦਾ ਇਸਤੇਮਾਲ ਕਿਵੇਂ ਕਰਨਾ। ਅੱਛਾ, ਮੇਰੀ ਸਰਚ ਦਾ ਕੁਛ ਨਾ ਕੁਛ ਤਾਂ ਨਤੀਜਾ ਨਿਕਲੇ। ਮੈਂ ਜਰਾ ਆਪਣੇ ਪ੍ਰੋਡਕਸ਼ਨ ਵਾਲਿਆਂ ਨੂੰ ਕਹਿਣਾ ਚਾਹੂੰਗੀ ਇਹਨਾਂ ਨੂੰ ਇੱਕ ਬੋਤਲ ਲਿਆ ਕੇ ਦਿਓ, ਇਹ ਜਰਾ ਪੀ ਕੇ ਦਿਖਾਣ ਨਾ, ਵੀ ਪਤਾ ਤੇ ਚੱਲੇ ਵੀ ਕਿੱਦਾਂ ਪੀ ਕੇ ਦਿਖਾਈ ਦੇ। ਨਹੀਂ ਇਹ ਇਹ ਡੈਮੋ ਪ੍ਰੋਪਰ ਦਿਓ ਫਿਰ। ਇਹ ਕੰਮ ਨਹੀਂ ਕਰ ਸਕਦਾ ਮੈਂ, ਮੈਂ ਤੁਹਾਨੂੰ ਦੇਖੋ ਕਿੰਨੀ ਫੀਲਿੰਗ ਲਿਆਤੀ ਹੈ, ਮੈਂ ਸਾਰਾ ਕੁਛ ਦੱਸਤਾ, ਏਦਾਂ ਦਾ ਕਰਦੇ ਨੇ, ਏਦਾਂ ਦਾ ਬੋਲਦੇ ਆ, ਤੂੰ ਲਾ ਲਾ ਮੈਂ ਲਾ ਲਈ, ਸਾਰਾ ਕੁਛ ਤਾਂ ਤੁਹਾਨੂੰ ਦੱਸਤਾ ਵੀ ਜੋ ਮੇਰੀ ਸਰਚ ਸੀਗੀ ਤੇ। ਪਰ ਐਟ ਦਾ ਐਂਡ ਨਤੀਜਾ ਇਹ ਨਿਕਲਦਾ ਭਾਈ, ਢੰਗ ਨਾਲ ਪੀਆ ਕਰੋ, ਸ਼ਰਾਬੀ ਨਾ ਹੋਇਆ ਕਰੋ, ਕੁੱਤਿਆਂ ਨੂੰ ਮੂੰਹ ਨਾ ਚਟਾਇਆ ਕਰੋ। ਇਹ ਸਾਡਾ ਚੰਗਾ ਵਾਲਾ ਸ਼ੋਅ ਚੱਲਦਾ ਸੀ ਜਿਹਦੇ ਚ ਅਸੀਂ ਪੋਲਿਟਿਕਸ ਦੀ ਗੱਲਾਂ ਕਰਦੇ ਸੀ, ਇਹ ਕਿਹੜੇ ਪਾਸੇ ਨੂੰ ਅੱਜ ਸ਼ੋਅ ਤੋਰਿਆ ਹੋਇਆ ਤੁਸੀਂ? ਪਵਾੜੇ ਹੀ ਮੌਸਮ ਦੇ ਆ ਨਾ। ਅੱਛਾ, ਇਹ ਮੈਨੂੰ ਲੱਗਦਾ ਸਾਰਾ ਮੌਸਮ ਤੁਹਾਡੇ ਉੱਤੇ ਹੀ ਬਰਸ ਰਿਹਾ। ਮੌਸਮ ਮੌਸਮ ਨੇ 2 ਦਿਨ ਦਾ ਮੈਨੂੰ ਸਮਾਂ ਦਿੱਤਾ, ਮੈਂ ਇਹਦੇ ਤੇ ਸਰਚ ਕੀਤੀ ਤੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ, ਮੈਨੂੰ ਲੱਗਾ ਕਿ ਪਸੰਦ ਆਈ ਹੋਊਗੀ। ਇਹ ਤਾਂ ਹੁਣ ਜਦੋਂ ਬਾਅਦ ਚ ਤੁਹਾਨੂੰ ਰਿਵਿਊਜ਼ ਮਿਲੇ ਨਾ, ਫੇਰ ਹੀ ਪਤਾ ਲੱਗੂਗਾ ਕਿੰਨੇ ਕੁ ਪਸੰਦ ਆਈ ਹੋਊਗੀ। ਜਿਹੜੇ ਭਾਈ ਪੀਣ ਵਾਲੇ ਆ ਨਾ, ਉਹਨਾਂ ਨੂੰ ਤਾਂ ਬਹੁਤ ਪਸੰਦ ਆਈ ਹੋਣੀ ਆ। ਅੱਛਾ, ਜਿਹੜੇ ਪੀਣ ਵਾਲੇ ਨੇ ਉਹ ਮੈਨੂੰ ਏਦਾਂ ਦਾ ਕਰਕੇ ਦਿਖਾਉਣਗੇ, ਵੈਲ ਡਨ, ਕਿਆ ਬਾਤ। ਕਿਉਂਕਿ ਪਰਸੋਂ ਚੌਥੇ ਜਰਾ ਇਹ ਸੇਧ ਦੇ ਰਹੇ ਸੀ ਵੀ ਨਸ਼ੇ ਨਹੀਂ ਕਰਨੇ ਚਾਹੀਦੇ, ਸ਼ਰਾਬਾਂ ਨਹੀਂ ਪੀਣੀਆਂ ਚਾਹੀਦੀਆਂ, ਟੀਕੇ ਨਹੀਂ ਲਾਣੇ ਚਾਹੀਦੇ। ਅਸੀਂ ਤਾਂ ਕਹਿੰਦੇ ਆ ਨਾ, ਇਹ ਕੁਝ ਨਹੀਂ ਕਰਨਾ ਚਾਹੀਦਾ। ਨਹੀਂ ਨਹੀਂ, ਤੁਸੀਂ ਕਹਿੰਦੇ ਹੋ ਤੇ ਅੱਜ ਜਿਹੜੀ ਸਲਾਹ ਜਿਹੜੀ ਤੁਸੀਂ ਗੱਲ ਕੀਤੀ ਉਹ ਕਿਤੇ ਸ਼ਰਾਬੀਆਂ ਦੇ ਪੱਖ ਦੀ ਨਹੀਂ, ਪੱਖ ਦੀ ਨਹੀਂ, ਮੈਂ ਤਾਂ ਉਹਨਾਂ ਨੂੰ ਸਮਝਾ ਰਿਹਾ ਭਾਈ ਢੰਗ ਨਾਲ ਚੱਲੋ। ਹੁਣ ਸਰਕਾਰਾਂ ਨੇ ਵੀ ਤਾਂ ਲਿਖ ਕੇ ਲਾਇਆ ਨਾ ਬੋਤਲਾਂ ਤੇ ਕਿ ਦੇਖੋ ਇਹ ਸ਼ਰਾਬ ਹੈ ਜਿਹੜੀ ਇਹ ਹਾਨੀਕਾਰਕ ਹੁੰਦੀ ਆ ਭਾਈ, ਨਹੀਂ ਪੀਣੀ ਚਾਹੀਦੀ, ਫਿਰ ਬੰਦ ਕਾਹਤੋਂ ਨਹੀਂ ਕਰਦੇ? ਹੁਣ ਰੈਵੀਨਿਊ ਹੀ ਉੱਥੋਂ, ਕਮਾਈ ਉੱਥੋਂ। ਬਿਲਕੁਲ, ਤੇ ਅਸੀਂ ਹੁਣ ਧੱਕੇ ਨਾਲ ਤਾਂ ਕਿਸੇ ਨੂੰ ਨਾ ਕਹਿ ਸਕਦੇ ਵੀ ਭਾਈ ਸ਼ਰਾਬ ਨਾ ਪੀਓ। ਬਿਲਕੁਲ, ਪਰ ਗੱਲ ਇਹ ਹੈ ਵੀ ਜੇ ਅਸੀਂ ਆਪ ਆਪਣੇ ਮਨ ਤੇ ਕੰਟਰੋਲ ਕੀਤਾ ਹੋਊਗਾ, ਅਸੀਂ ਪੀਾਂਗੇ ਹੀ ਨਹੀਂ ਦਾਰੂ ਨੂੰ, ਜਦੋਂ ਉਹਨਾਂ ਦੀ ਸੇਲ ਹੀ ਨਹੀਂ ਹੋਊਗੀ ਤਾਂ ਉਹ ਕਿਉਂ ਲੈ ਕੇ ਆਉਣਗੇ? ਫਿਰ ਕਦੀ ਵੀ ਨਹੀਂ ਹੋ ਸਕਦਾ, ਖਾਸ ਕਰਕੇ ਪੰਜਾਬ 'ਚ ਹਰ ਸਾਲ ਜਿਹੜੇ ਅੰਕੜੇ ਆ ਨਾ ਦਾਰੂ ਦੀ ਵਿਕਰੀ ਦੇ, ਉਹ ਹਰ ਸਾਲ ਵੱਧਦੇ ਆ। ਅੱਛਾ, ਘਟਣ ਦੀ ਬਜਾਏ ਹਰ ਸਾਲ ਅੰਕੜੇ ਤੇ ਜਿਹੜਾ ਉਹਨਾਂ ਦਾ ਰੈਵੀਨਿਊ ਆ ਹਰ ਸਾਲ ਵੱਧਦਾ, ਲਗਾਤਾਰ ਵੱਧਦਾ, ਕਿ ਜਿਵੇਂ ਦਾ ਮਾਹੌਲ ਸਾਡੇ ਪੰਜਾਬ ਦਾ ਹੋਈ ਜਾਂਦਾ, ਵੱਡੇ ਨਸ਼ੇ ਦੇ ਵੱਲ ਕੋਈ ਜਾਵੇ ਨਾ ਜਾਵੇ, ਜਿਹੜਾ ਘੱਟੋ ਘੱਟ ਇਹ ਨਸ਼ਾ ਸ਼ਰਾਬ ਦਾ ਨਸ਼ਾ, ਉਹ ਮੈਨੂੰ ਲੱਗਦਾ ਕਿ 15 ਕੁ ਸਾਲ ਤੋਂ ਸ਼ੁਰੂ ਹੋ ਜਾਂਦਾ, ਸ਼ਾਇਦ ਮੈਂ 15 ਸਾਲ ਵੀ ਉਮਰ ਵੱਧ ਦੱਸਦੀ ਹੋਵੇ, ਇਹ ਹੋ ਸਕਦਾ ਇਦੋਂ ਘੱਟ ਘੱਟ ਚ ਵੀ ਸ਼ੁਰੂ ਹੋ ਜਾਂਦਾ ਹੋਵੇ, ਪਰ 15 ਕੁ ਸਾਲ ਦੀ ਉਮਰ ਦੇ ਵਿੱਚ ਇਹ ਨਸ਼ਾ ਜਿਹੜਾ ਬਚਪਨ ਦੇ ਵਿੱਚ ਹੀ ਸਾਡੇ ਵਿੱਚ ਵੜਨਾ ਸ਼ੁਰੂ ਹੋ ਗਿਆ, ਔਰ ਉਹ ਕਿੱਥੋਂ ਤੱਕ ਜਾਣਾ? ਜਿੰਨੀ ਕੋ ਲੰਬੀ ਉਮਰ ਆ ਔਰ ਅੰਕੜੇ ਵਧਣੇ ਸੁਭਾਵਿਕ ਹੈ, ਇਹ ਇਹ ਲਗਾਤਾਰ ਵਧਣਗੇ, ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਚਲੋ ਹਾਸੇ ਮਜ਼ਾਕ ਦੀਆਂ ਗੱਲਾਂ ਅਲੱਗ ਹੈ, ਪਰ ਜਿਹੜਾ ਕੋਈ ਵੀ ਨਸ਼ਾ ਉਹਨੂੰ ਕਿਸੇ ਲਿਮਟ ਤੱਕ, ਜਿਵੇਂ ਕੱਲੇ ਦਾਰੂ ਦੀ ਗੱਲ ਕਰੀਏ, ਅਸੀਂ ਨਹੀਂ ਕਹਿੰਦੇ ਕਿ ਤੁਸੀਂ ਚਿੱਟਾ ਲਾਓ ਭਾਈ ਲਿਮਟ ਨਾਲ ਲਾਓ, ਇਹ ਗੱਲ ਨਹੀਂ, ਕਿ ਜੇ ਇਹ ਚੀਜ਼ ਬਣੀ ਹੈ ਤਰੀਕੇ ਨਾਲ, ਕਿਉਂਕਿ ਤੁਹਾਡੇ ਪੈਸੇ ਦੀ ਬਰਬਾਦੀ ਨਾ ਹੋਵੇ, ਤੁਹਾਡੇ ਸਰੀਰ ਦੀ ਬਰਬਾਦੀ ਨਾ ਹੋਵੇ, ਤੁਸੀਂ ਲੋਕਾਂ ਦੇ ਸਾਹਮਣੇ ਇਸ ਨਜ਼ਰ ਨਾਲ ਨਾ ਦੇਖੇ ਜਾਓ ਕਿ ਇਹ ਬੰਦਾ ਹਮੇਸ਼ਾ ਸ਼ਰਾਬੀ ਰਹਿੰਦਾ, ਆਪਣੇ ਢੰਗ ਨਾਲ ਇੰਜੋਏ ਕਰੋ, ਤਰੀਕੇ ਨਾਲ ਕਰੋ, ਪਰ ਐਦਾਂ ਲੋਕ ਵਿਖਾਵੇ ਦੇ ਵਿੱਚ ਕੁਝ ਨਹੀਂ ਪਿਆ ਹੁੰਦਾ। ਜੀ ਬਿਲਕੁਲ ਰਵੀ ਜੀ, ਤੇ ਮੈਨੂੰ ਲੱਗਦਾ ਹੈ ਵੀ ਇੱਥੇ ਜਿਹੜਾ ਵੇਲਾ ਹੋ ਗਿਆ ਨਿੱਕੇ ਜਿਹੇ ਬ੍ਰੇਕ ਦਾ, ਤੇ ਮਿਲਾਂਗੇ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਦੇ ਸ਼ੋਅ ਚੱਲ ਰਿਹਾ ਜੀ ਉਲਟ ਪੁਲਟ, ਤੇ ਹੁਣ ਰਵੀ ਜੀ ਤੋਂ ਜਾਣਾਂਗੇ ਕਿ ਹੋਰ ਕੀ ਖਾਸ ਰਵੀ ਜੀ ਮਾਹੌਲ ਤੁਸੀਂ ਤਾਂ ਬਣਾਇਆ ਹੋਇਆ, ਪਰ ਕੁਝ ਚੱਜ ਦੀ ਗੱਲ ਕਰੀਏ। ਨਹੀਂ, ਪਹਿਲੀ ਚੱਜ ਦੀ ਨਹੀਂ ਸੀ। ਨਹੀਂ, ਚੱਜ ਦੀ ਸੀਗੀ, ਪਰ ਜਿਵੇਂ ਤੁਹਾਡੇ ਵਾਸਤੇ ਚੱਜ ਦੀ ਨਹੀਂ ਸੀ, ਦੇਖਣ ਵਾਲਿਆਂ ਵਾਸਤੇ ਬੜੀ ਵਧੀਆ ਸੀ। ਮਤਲਬ ਕੋਈ ਚੰਗੀ ਗੱਲ ਕਰੀਏ ਪੋਲਿਟਿਕਸ ਦੇ ਰਿਲੇਟਡ, ਜਿਹੜੀ ਅਸੀਂ ਸੇਧ ਲੋਕਾਂ ਨੂੰ ਦਿੰਦੇ ਹਾਂ ਤੇ ਉਲਟ ਪੁਲਟ ਕਰਨੀ ਬਣਦੀ ਆ, ਬਿਲਕੁਲ ਕਰਨੀ ਬਣਦੀ, ਉਹ ਤਾਂ ਮੌਸਮ ਨੇ ਮਜਬੂਰ ਕਰਤਾ ਸੀ ਥੋੜਾ ਉਹ ਗੱਲਾਂ ਕਰਨ ਵਾਸਤੇ। ਜੀ, ਤਾਂ ਇੱਥੇ ਇੱਕ ਹੁਣ ਬੜਾ ਜਿਹੜਾ ਲੇਟੈਸਟ ਇੱਕ ਮੁੱਦਾ ਚੱਲ ਰਿਹਾ SFJ ਦਾ, ਸਿੱਖਸ ਫੋਰ ਜਸਟਿਸ, ਜਿਸ ਤੇ ਭਾਰਤ ਸਰਕਾਰ ਨੇ ਰੋਕ ਲਾਤੀ ਹੈ ਕਿ ਜਿਹੜੀਆਂ ਉਹ ਗਤੀਵਿਧੀਆਂ ਸੀ ਵਿਦੇਸ਼ਾਂ ਦੇ ਵਿੱਚ ਚੱਲਦੀਆਂ ਸੀ ਉਹਨਾਂ ਨੂੰ ਉਹਨਾਂ ਨੇ ਗੈਰ ਕਾਨੂੰਨੀ ਕਰਾਰ ਦਿੱਤਾ, ਔਰ ਉਹਨਾਂ ਤੇ 5 ਸਾਲ ਦੀ ਜਿਹੜੀ ਹੈ ਪਾਬੰਦੀ ਲਾ ਦਿੱਤੀ ਗਈ ਹੈ, ਔਰ ਉਹ ਸਿੱਖਸ ਫੋਰ ਜਸਟਿਸ ਨੇ ਇੱਕ ਮਿਸ਼ਨ ਦਾ ਜਿਹੜਾ ਨਾਂ ਦਿੱਤਾ ਹੈ ਉਹ ਹੈਗਾ ਰੈਫਰੈਂਡਮ 2020, ਜਿਹਦੇ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਗੱਲ ਕੀਤੀ ਗਈ ਹੈ, ਖਾਲਿਸਤਾਨ ਵੱਖਰਾ ਬਣਾਉਣ ਦੀ ਗੱਲ ਕੀਤੀ ਗਈ ਹੈ। ਇੱਥੇ ਹੁਣ ਆਪਾਂ ਜੇ ਵਿਸਥਾਰ ਚ ਗੱਲ ਕਰੀਏ ਤਾਂ ਜੇ ਪਿੱਛੇ ਨਿਗਾਹ ਮਾਰ ਲਈਏ 1947 ਚ, ਤਾਂ 1947 ਚ ਜਦੋਂ ਵੰਡ ਹੋਈ ਹੈ ਉਦੋਂ ਕਿਤਨਾ ਕਤਲੋ ਗਾਰਤ ਹੋਇਆ, ਕਿੰਨਾ ਕੁਝ ਹੋਇਆ, ਕਿੰਨੇ ਕਤਲ ਹੋਏ ਆ, ਇੱਧਰਲੇ ਲੋਕ ਉੱਧਰ ਚਲੇ ਗਏ, ਕਈ ਆਪਣੇ ਪਰਿਵਾਰਾਂ ਦੇ ਨਾਲੋਂ ਵਿਛੜ ਗਏ ਆ, ਹਾਲੇ ਤੱਕ ਜਿਹੜੇ ਉਹਦੇ ਜ਼ਖਮ ਹੈਗੇ ਸੀਗੇ ਉਹ ਅੱਲੇ ਆ ਅੱਜ ਵੀ,
ਅੱਜ ਵੀ ਆਪਣਿਆਂ ਨੂੰ ਯਾਦ ਕਰਕੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਆ ਅੱਜ ਵੀ ਉਹ ਕਦੇ ਨਾ ਕਦੇ ਹੰਝੂ ਵਹਾਉਂਦੇ ਆ। ਦੁਬਾਰਾ ਇਹੋ ਜਿਹੀ ਸਿਚੁਏਸ਼ਨ ਬਣਨ ਦਾ ਇੱਕ ਜਿਹੜਾ ਮਾਹੌਲ ਦੁਬਾਰਾ ਇੱਥੇ ਕ੍ਰੀਏਟ ਕੀਤਾ ਜਾ ਰਿਹਾ। ਕੁਛ ਕੁ ਜਿਹੜੇ ਹੈਗੇ ਆ ਖਾਲਿਸਤਾਨੀ ਸਮਰਥਕ ਨੇ ਜਿਹੜੇ, ਅਸੀਂ ਇਹ ਜਿਹੜੀ ਗੱਲ ਕਰ ਰਹੇ ਆ ਇਹ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਆ ਆਈ ਬੀ ਦੇ ਵੱਲੋਂ ਉਹਦੇ ਆਧਾਰ ਤੇ ਕਰਨੀ ਚਾਹੁੰਦੇ ਹਾਂ ਕਿ ਜਿਹੜੀ ਉਹ ਰਿਪੋਰਟ ਹੈ ਉਹਦੇ ਵਿੱਚ ਸਾਫ਼ ਸਪਸ਼ਟ ਕੀਤਾ ਗਿਆ ਹੈ ਕਿ ਜਿਹੜਾ ਆਈ ਬੀ ਹੈ ਉਹਨੇ ਕਿਹਾ ਹੈ ਕਿ ਜਿਹੜੀ ਐਸ ਐਫ ਜੇ ਹੈ ਉਹਦੇ ਕਨੈਕਸ਼ਨ ਹੈ ਜਿਹੜੇ ਉਹ ਪਾਕਿਸਤਾਨ ਦੇ ਨਾਲ ਮਿਲਦੇ ਆ। ਪਾਕਿਸਤਾਨ ਜਿਹੜੇ ਖਾਲਿਸਤਾਨੀ ਸਮਰਥਕ ਹੈ ਉਹਨਾਂ ਨੂੰ ਸਪੋਰਟ ਕਰ ਰਿਹਾ, ਇਹ ਗੱਲ ਉਹਨਾਂ ਨੇ ਸਪਸ਼ਟ ਕੀਤੀ ਹੈ। ਔਰ ਜਿਹੜਾ ਉਹਨਾਂ ਦਾ ਮੇਨ ਬੁਲਾਰਾ ਹੈ ਗੁਰਪਤਵੰਤ ਸਿੰਘ ਪੰਨੂ, ਉਹਦੇ ਵੀ ਕਿਤੇ ਨਾ ਕਿਤੇ ਜਿਹੜੀਆਂ ਵੈਬਸਾਈਟ ਆ ਉਹ ਕਰਾਚੀ ਦੇ ਵਿੱਚੋਂ ਜਾਰੀ ਹੋਈਆਂ ਦੱਸੀਆਂ ਗਈਆਂ, ਤੇ ਇਹ ਇੱਕ ਬਹੁਤ ਵੱਡਾ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਪੰਜਾਬ ਦੇ ਲਈ ਬਣ ਗਿਆ ਕਿ ਜੇਕਰ 2020 ਦੇ ਵਿੱਚ ਮਿਸ਼ਨ ਦੀ ਉਹਨਾਂ ਨੇ ਕਾਲ ਦਿੱਤੀ ਹੈ ਕਿ ਖਾਲਿਸਤਾਨ ਜਿਹੜਾ ਬਣਾਇਆ ਜਾਏਗਾ। ਔਰ ਇਹ ਵੀ ਕਿਹਾ ਗਿਆ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ ਕੁਛ ਦੇਸ਼ ਹੋਰ ਜਿਨ੍ਹਾਂ ਦੇ ਵਿੱਚ 15 ਅਗਸਤ ਨੂੰ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਇਹ ਸੰਸਥਾ ਦੇ ਵੱਲੋਂ ਗੱਲ ਕੀਤੀ ਗਈ ਹੈ। ਔਰ ਕਿਹਾ ਗਿਆ ਕਿ ਅਸੀਂ ਇਹ ਝੰਡਾ ਲਹਿਰਾਵਾਂਗੇ, ਅਸੀਂ ਲਹਿਰ ਤੋਂ ਪਿੱਛੇ ਨਹੀਂ ਹਟਾਂਗੇ, ਪਰ ਭਾਰਤ ਸਰਕਾਰ ਨੇ ਇਹਦੇ ਤੇ ਕਾਬੂ ਪਾਉਣ ਦੇ ਲਈ ਇਹਨਾਂ ਤੇ 5 ਸਾਲ ਦੀ ਜਿਹੜੀ ਆ ਉਹ ਰੋਕ ਲਾ ਦਿੱਤੀ ਹੈ, ਜਿਹੜਾ ਇੱਕ ਠੀਕ ਫੈਸਲਾ ਲੱਗ ਰਿਹਾ ਕਿ ਜਿਹੜਾ ਮਾਹੌਲ ਹੈ ਪੰਜਾਬ ਦਾ ਫਿਲਹਾਲ ਪਹਿਲਾਂ ਹੀ ਪੰਜਾਬ ਗੁਰਬਤ ਦੇ ਵਿੱਚ ਹੈ, ਗਰੀਬੀ ਬਹੁਤ ਹੈ, ਕਿਸਾਨੀ ਦਾ ਬਹੁਤ ਬੁਰਾ ਹਾਲ ਹੈ, ਔਰ ਨੌਜਵਾਨ ਹੈ ਜਿਹੜੇ ਲਗਾਤਾਰ ਜਿਹੜੇ ਆ ਉਹ ਜਾਂ ਤਾਂ ਵਿਦੇਸ਼ਾਂ ਨੂੰ ਜਾਈ ਜਾਂਦੇ ਆ ਤੇ ਜਾਂ ਫਿਰ ਨਸ਼ੇ ਦੀ ਗ੍ਰਿਫਤ 'ਚ ਵੜ ਗਏ, ਤੇ ਜੇ ਕਿਤੇ ਇੱਥੋਂ ਦੀ ਨੌਜਵਾਨੀ ਉਹਨਾਂ ਦੇ ਸੰਪਰਕ 'ਚ ਆਉਂਦੀ ਹੈ, ਖਾਲਿਸਤਾਨੀ ਸੋਚ ਦੇ ਨਾਲ ਰਲਦੀ ਹੈ, ਤਾਂ ਪੰਜਾਬ ਦਾ ਹੋਰ ਕਿੰਨਾ ਵਿਨਾਸ਼ ਹੋ ਸਕਦਾ, ਇਹ ਇੱਕ ਸੋਚਣ ਵਾਲੀ ਗੱਲ ਹੈ। ਬਿਲਕੁਲ ਰਵੀ, ਜਿਹੜੇ ਇਹ ਧਾਰਮਿਕ ਮੁੱਦੇ ਹੁੰਦੇ ਨੇ ਨਾ, ਬੜੇ ਹੀ ਇਹੋ ਜਿਹੇ ਬੜੇ ਨਾਜ਼ੁਕ ਮੁੱਦੇ ਹੁੰਦੇ ਨੇ, ਬਿਲਕੁਲ, ਜਿਨ੍ਹਾਂ ਦੇ ਆਧਾਰ ਤੇ ਲੋਕੀ ਦੇਸ਼ 'ਚ ਵੰਡ ਪਾਉਂਦੇ ਨੇ, ਲੋਕਾਂ ਦੇ ਵਿੱਚ ਨੈਗੇਟਿਵਿਟੀ ਫੈਲਾਉਂਦੇ ਨੇ, ਤੇ ਇਹ ਚੀਜ਼ ਮੈਨੂੰ ਲੱਗਦਾ ਹੈ ਕਿ ਇੱਥੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਮੇਰੇ ਖਿਆਲ ਨਾਲ ਵਧੀਆ ਜਿਹੜੀ ਚੀਜ਼ ਹੈ ਇਹ ਰੋਕ ਲਗਾਈ ਗਈ ਹੈ ਜਿਹੜੀ 5 ਸਾਲ ਦੀ, ਇਹ ਵਧੀਆ ਚੀਜ਼ ਕੀਤੀ ਗਈ ਹੈ, ਕਿਉਂਕਿ ਅੱਜ ਕੱਲ੍ਹ ਜਿਵੇਂ ਕਿ ਤੁਸੀਂ ਦੱਸਿਆ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ ਪੰਜਾਬ ਦੀ ਉਹ ਪਹਿਲਾਂ ਹੀ ਬਹੁਤ ਮਾੜੀ ਚੱਲ ਰਹੀ ਹੈ, ਜੇ ਇੱਦਾਂ ਦਾ ਕੁਝ ਹੋ ਜਾਂਦਾ ਤੇ ਮੈਨੂੰ ਲੱਗਦਾ ਵੀ ਪੰਜਾਬ ਵੀ ਫਿਰ ਖਤਰੇ 'ਚ ਹੀ ਹੈ। ਪੰਜਾਬ ਦੇ ਵਿੱਚ ਜਿਹੜੇ ਆ ਹਰ ਧਰਮ ਦੇ ਲੋਕ ਰਹਿੰਦੇ ਆ, ਬਿਲਕੁਲ, ਹਰ ਧਰਮ ਨੂੰ ਪਨਾਹ ਦਿੱਤੀ ਹੋਈ ਆ ਪੰਜਾਬ ਨੇ, ਔਰ ਬੜੇ ਪ੍ਰੇਮ ਤੇ ਪਿਆਰ ਦੇ ਨਾਲ ਜਿਹੜਾ ਅੱਜ ਜੇ ਉਹਨਾਂ ਦਾ ਵਿਕਾਸ ਹੋ ਰਿਹਾ, ਬੜੇ ਪ੍ਰੇਮ ਪਿਆਰ ਨਾਲ ਰਹਿ ਰਹੇ ਆ। ਔਰ ਜੇਕਰ ਇੱਦਾਂ ਦੀ ਕੋਈ ਸਥਿਤੀ ਆਉਂਦੀ ਹੈ ਭਵਿੱਖ ਦੇ ਵਿੱਚ, ਤਾਂ ਅਸੀਂ ਕੀ ਉਮੀਦ ਰੱਖੀਏ ਕਿ ਜਿਹੜੇ ਬਾਕੀ ਧਰਮ ਹੈ ਸਿੱਖ ਧਰਮ ਨੂੰ ਛੱਡ ਕੇ, ਜਿਹੜੇ ਬਾਕੀ ਧਰਮ ਹੈ ਹਿੰਦੂ ਹੈ, ਮੁਸਲਿਮ ਹੈ, ਈਸਾਈ ਹੈ, ਫਿਰ ਉਹਨਾਂ ਦਾ ਇੱਥੇ ਹੱਕ ਹੋਊਗਾ ਜਾਂ ਨਹੀਂ ਹੋਊਗਾ? ਕਿ ਖਾਲਿਸਤਾਨ ਜਿਹੜਾ ਬਣਾਉਣਾ ਹੈ ਅਸੀਂ ਬਣਾਉਣਾ ਕਿੱਥੇ ਹੈ ਜੀ? ਬਿਲਕੁਲ, ਕੀ ਪੰਜਾਬ ਨੂੰ ਖਾਲਿਸਤਾਨ ਬਣਾਉਣਾ? ਫਿਰ ਪੰਜਾਬ ਦੇ ਵਿੱਚ ਜਿਹੜੀਆਂ ਬਾਕੀ ਧਰਮਾਂ ਦੇ ਲੋਕ ਰਹਿੰਦੇ ਆ ਉਹਨਾਂ ਨੇ ਕਿੱਥੇ ਜਾਣਾ? ਬਿਲਕੁਲ, ਇਹ ਇੱਕ ਵੱਡਾ ਮੁੱਦਾ, ਵੱਡੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਅਸੀਂ ਸਿਰਫ ਤੇ ਸਿਰਫ ਇੱਕ ਸੋਚ ਨੂੰ ਬਚਾਉਣ ਦੇ ਲਈ, ਇੱਕ ਆਪਣੀ ਜਿੱਦ ਨੂੰ ਭਗਾਉਣ ਦੇ ਲਈ, ਜੇ ਅਸੀਂ ਇਸ ਚੀਜ਼ ਲਈ ਤਿਆਰ ਹਾਂ ਕਿ ਸਾਨੂੰ ਕੋਈ ਪਰਵਾਹ ਨਹੀਂ ਜੇ ਇਨਸਾਨੀਅਤ ਮਰਦੀ ਹੈ, ਜੇ ਇਨਸਾਨਾਂ ਦਾ ਕਤਲ ਹੁੰਦਾ ਹੈ, ਇੱਥੇ ਕਤਲੋਗਾਰ ਤੇ ਦੁਬਾਰਾ ਹੁੰਦਾ ਹੈ, ਤਾਂ ਸਾਨੂੰ ਕੋਈ ਪਰਵਾਹ ਨਹੀਂ, ਤਾਂ ਮੈਨੂੰ ਲੱਗਦਾ ਕਿ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਬਿਲਕੁਲ, ਤੇ ਰਵੀ ਜਿਹੜਾ ਇਸ ਸਭ ਚੀਜ਼ ਦੇ ਨਾਲ ਨੁਕਸਾਨ ਹੋਊਗਾ ਜੀ, ਉਹ ਭਰਨ ਦੇ ਲਈ ਸਰਕਾਰਾਂ ਸਾਡੀਆਂ ਕਿੰਨੀਆਂ ਕੁ ਸਮਰਥ ਨੇ ਉਹ ਨਹੀਂ ਸਾਨੂੰ ਪਤਾ, ਕਿ ਕਿਉਂਕਿ ਪਹਿਲਾਂ ਹੀ ਕਹਿੰਦੇ ਨੇ ਵੀ ਸਾਡਾ ਖਜ਼ਾਨਾ ਖਾਲੀ ਪਿਆ, ਖਜ਼ਾਨਾ ਖਾਲੀ ਪਿਆ, ਕਿਉਂਕਿ ਜਿਹੜੀ ਚੀਜ਼ ਉਹਦੇ ਨਾਲ ਨੁਕਸਾਨ ਹੋਣਾ, ਕਿਉਂਕਿ ਹਰ ਚੀਜ਼ ਨੂੰ ਨੁਕਸਾਨ ਹੋਊਗਾ, ਸਿਰਫ ਇਨਸਾਨੀ ਨਹੀਂ ਹਰ ਚੀਜ਼ ਦਾ ਨੁਕਸਾਨ ਹੋਊਗਾ, ਉਹ ਭਰਨ ਲਈ ਸਾਡੀ ਸਰਕਾਰ ਸਮਰਥ ਹੈ ਜਾਂ ਨਹੀਂ ਇਹ ਵੀ ਸਾਨੂੰ ਹਲੇ ਨਹੀਂ ਪਤਾ। ਬਿਲਕੁਲ, ਇੱਕ ਜੇ ਕੋਰੀਡੋਰ ਦੀ ਗੱਲ ਕਰ ਲਈਏ ਆਪਾਂ, ਜਿਹੜਾ ਕੋਰੀਡੋਰ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਖੁੱਲ ਰਿਹਾ, ਉਹ ਵੀ ਕਿਤੇ ਨਾ ਕਿਤੇ ਹੁਣ ਸਵਾਲਾਂ ਦੇ ਘੇਰੇ 'ਚ ਹੈ। ਬਿਲਕੁਲ, ਕਿਉਂਕਿ ਪਾਕਿਸਤਾਨ ਹੈ ਜਿਹੜਾ ਲਗਾਤਾਰ ਖਾਲਿਸਤਾਨੀ ਜਿਹੜੀ ਲਹਿਰ ਹੈ ਉਹਦਾ ਸਮਰਥਨ ਕਰਦਾ ਹੈ, ਤਾਂ ਸੁਣਨ 'ਚ ਇਹ ਆਇਆ ਕਿ ਜਿਹੜਾ 550ਵਾਂ ਗੁਰਪੁਰਬ ਮਨਾਇਆ ਜਾਣਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ, ਉੱਥੇ ਖਾਲਿਸਤਾਨੀ ਲੋਕਾਂ ਦੇ ਵੱਲੋਂ ਇੱਕ ਵੱਡਾ ਇਕੱਠ ਕਰਨ ਦੀ ਯੋਜਨਾ ਬਣਾਈ ਗਈ ਹੈ। ਅੱਛਾ, ਪਰ ਇਹ ਤਾਂ ਕਿਹਾ ਜਾ ਰਿਹਾ ਸੀਗਾ ਵੀ ਜਿਹੜੇ ਪਾਕਿਸਤਾਨ ਹੈ ਉਹੀ ਮਤਲਬ ਸਭ ਤੋਂ ਜ਼ਿਆਦਾ ਸਰਗਰਮ ਹੈ ਕਿ ਇਹ ਕੋਰੀਡੋਰ ਖੋਲਿਆ ਜਾਵੇ। ਸਰਗਰਮ ਤੇ ਵੀ ਸਵਾਲ ਉੱਠਦੇ ਆ ਨਾ ਅਨੂ, ਗੱਲ ਤੇ ਇਹੀ ਹੈ ਕਿ ਭਾਰਤ ਨੂੰ ਬਹੁਤ ਕੁਝ ਸੋਚਣਾ ਪੈ ਰਿਹਾ, ਕਿਉਂਕਿ ਜਿਹੜੇ ਉੱਥੋਂ ਦੇ ਸੁਰੱਖਿਆ ਦੇ ਇਸ਼ੂ ਨੇ ਜਿਹੜੇ ਜੀ, ਉਹਨਾਂ ਨੂੰ ਬਹੁਤ ਡੂੰਘਾਈ ਦੇ ਨਾਲ ਵਿਚਾਰਨਾ ਪੈ ਰਿਹਾ ਕਿ ਪਾਕਿਸਤਾਨ ਇੰਨੇ ਜ਼ੋਰ ਸ਼ੋਰ ਨਾਲ ਕੰਮ ਕਿਉਂ ਕਰ ਰਿਹਾ, ਕਿ ਉਹਨੂੰ ਆਪਣੀ ਸੁਰੱਖਿਆ ਦਾ ਫਿਕਰ ਨਹੀਂ, ਭਾਰਤ ਨੂੰ ਕਿਉਂ ਹੈ? ਕਿਉਂਕਿ ਭਾਰਤ ਦੇ ਵਿੱਚ ਪਹਿਲਾਂ ਹੀ ਇੱਦਾਂ ਦੇ ਮੁੱਦੇ ਬਹੁਤ ਹੈ, ਔਰ ਭਾਰਤ ਜਾਣੂ ਹੈ ਇਸ ਗੱਲ ਤੋਂ ਕਿ ਜੇਕਰ
ਕੋਰੀਡੋਰ ਖੁੱਲਦਾ ਹੈ ਤਾਂ ਇਹਨੂੰ ਜੋ ਹੈ ਪੰਜਾਬ ਦੇ ਖਿਲਾਫ ਭਾਰਤ ਦੇ ਖਿਲਾਫ ਜਿਹੜੀਆਂ ਯੋਜਨਾਵਾਂ ਪਹਿਲਾਂ ਤੋਂ ਚੱਲਦੀਆਂ ਉਹਨਾਂ ਨੂੰ ਵੱਡੇ ਪੱਧਰ ਤੇ ਇੱਕ ਬੜਾਵਾ ਮਿਲ ਸਕਦਾ ਜੀ ਬਿਲਕੁਲ ਤੇ ਜਿਹੜਾ ਪਾਕਿਸਤਾਨ ਹਮੇਸ਼ਾ ਸਾਡੇ ਖਿਲਾਫ ਰਿਹਾ ਤੇ ਉਹ ਇਸ ਕੋਰੀਡੋਰ ਨੂੰ ਖੋਲਣ ਲਈ ਇੰਨਾ ਜ਼ਿਆਦਾ ਸਰਗਰਮ ਹੈ ਤਾਂ ਬਿਲਕੁਲ ਤੁਸੀਂ ਸਹੀ ਕਿਹਾ ਵੀ ਇਹ ਸਵਾਲਾਂ ਦੇ ਘੇਰੇ ਚ ਹੈ ਵੀ ਕਿਉਂ ਹੁਣ ਕਿਉਂ ਪਹਿਲਾਂ ਕਿਉਂ ਨਹੀਂ ਬਿਲਕੁਲ ਔਰ ਇੰਨੇ ਜ਼ੋਰ ਸ਼ੋਰ ਨਾਲ ਕਿਉਂ ਕਿਉਂਕਿ ਦੱਸਿਆ ਇਹ ਜਾ ਰਿਹਾ ਹੈ ਕਿ ਭਾਰਤ ਦੇ ਨਾਲੋਂ ਜ਼ਿਆਦਾ ਜਿਹੜਾ ਕੋਰੀਡੋਰ ਤੇ ਕੰਮ ਆ ਉਹ ਪਾਕਿਸਤਾਨ ਇਸ ਤੋਂ ਪਹਿਲਾਂ ਕਰ ਚੁੱਕਿਆ ਜ਼ਿਆਦਾ ਤਿਆਰੀਆਂ ਕਰ ਚੁੱਕਿਆ ਔਰ ਸੁਰੱਖਿਆ ਦੀ ਜੇਕਰ ਗੱਲ ਕਰੀਏ ਤੇ ਜੇਕਰ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਵੱਡਾ ਇਕੱਠ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਜੇਕਰ ਉਹ ਇਕੱਠ ਵੱਡਾ ਹੁੰਦਾ ਇਧਰੋਂ ਦੇਖੋ ਉਹਦੇ ਲਈ ਜੇ ਲਾਂਘਾ ਖੁੱਲ ਜਾਂਦਾ ਤਾਂ ਇਧਰੋਂ ਸਾਡੇ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧਿਤ ਜਿੰਨੇ ਵੀ ਸਿੱਖ ਸ਼ਰਧਾਲੂ ਨੇ ਉਹ ਉਹਨਾਂ ਨੇ ਵੀ ਉੱਧਰ ਜਾਣਾ ਤਾਂ ਜਿਹੜੀ ਉਹਨਾਂ ਦੀ ਵਿਚਾਰਧਾਰਾ ਉਹ ਵਿਚਾਰਧਾਰਾ ਸਾਡੇ ਵਿੱਚ ਜਿਹੜੀ ਹੈ ਇੱਕ ਵੱਡੇ ਪੱਧਰ ਤੇ ਆ ਸਕਦੀ ਹੈ ਜੇ ਉਹਨਾਂ ਦੇ ਉਸ ਸਮਾਗਮ ਦੇ ਵਿੱਚ ਸ਼ਿਰਕਤ ਕਰਦੇ ਆ ਤਾਂ ਇਹ ਇੱਕ ਵੱਡੀ ਵਿਚਾਰਧਾਰਾ ਉਧਰਲੀ ਜਿਹੜੀ ਆ ਉਹ ਇੱਧਰ ਆ ਸਕਦੀ ਹੈ ਔਰ ਇਹਦੀ ਜਿਹੜੀ ਇੱਕ ਕਹਿ ਲਓ ਕਿ ਭਾਰਤ ਦੇ ਜਿਹੜੀ ਖਿਲਾਫ ਇੱਕ ਜਿਹੜੀ ਸਰਗਰਮੀ ਆ ਉਹ ਲਗਾਤਾਰ ਜਿਹੜੀ ਆ ਵੱਡੇ ਪੱਧਰ ਤੇ ਜਿਹੜੀ ਆ ਇੱਕ ਵਿਨਾਸ਼ ਦੇ ਪਾਸੇ ਵੱਲ ਜਾਣੀ ਹੈ ਜੀ ਤੇ ਇਹ ਬਾਰ ਬਾਰ ਸਵਾਲ ਇਹ ਚੁੱਕੇ ਜਾ ਰਹੇ ਸੀ ਕਿ ਭਾਰਤ ਜਿਹੜਾ ਹੈ ਉਹ ਕੰਮ ਸਲੋਅ ਕਰ ਰਿਹਾ ਭਾਰਤ ਵੱਲੋਂ ਦੀ ਕੋਰੀਡੋਰ ਖੋਲਣ ਦਾ ਜਿਹੜਾ ਹੈ ਉਹ ਕੰਮ ਸਲੋਅ ਕੀਤਾ ਜਾ ਰਿਹਾ ਇਸ ਚੀਜ਼ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸੀ ਪਰ ਇਹ ਨੀ ਪਤਾ ਲੋਕਾਂ ਨੂੰ ਜਿਹੜੇ ਸਵਾਲ ਚੱਕ ਰਹੇ ਨੇ ਕਿ ਕਿੰਨੀ ਚੀਜ਼ਾਂ ਜਿਹਨੇ ਦੇਸ਼ ਚਲਾਉਣਾ ਉਹਨੇ ਕਿੰਨੀ ਚੀਜ਼ਾਂ ਸੋਚਣੀਆਂ ਨੇ ਉਹ ਜਿਹੜੀ ਜ਼ਿੰਦਗੀ ਹੈ ਜਿਹੜੀ ਇਨਸਾਨੀ ਜ਼ਿੰਦਗੀ ਹੈ ਉਹ ਵੀ ਉਹਨਾਂ ਦੇ ਹੱਥ ਚ ਜੇ ਉੱਥੇ ਕੱਟ ਹੋ ਜਾਂਦਾ ਜਿਹੜੇ ਲੋਕੀ ਸਵਾਲ ਚੱਕ ਰਹੇ ਨੇ ਮੰਨ ਲਓ ਕਿ ਹਾਂ ਇੰਡੀਆ ਵੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੋਰੀਡੋਰ ਖੋਲਣ ਦੀ ਗੱਲ ਕਰ ਦਿੰਦੇ ਕੋਰੀਡੋਰ ਖੁੱਲ ਵੀ ਜਾਂਦਾ ਉੱਥੇ ਜੇ ਖਾਲਿਸਤਾਨੀ ਇਕੱਠੇ ਹੋ ਜਾਂਦੇ ਨੇ ਇਨਸਾਨੀ ਜਿਹੜੇ ਜਾਨੀ ਨੁਕਸਾਨ ਜਿਹੜਾ ਹੋਊਗਾ ਉਹਦੇ ਲਈ ਫਿਰ ਜ਼ਿੰਮੇਵਾਰ ਕੌਣ ਹੋਊਗਾ ਉਹਦੇ ਲਈ ਵੀ ਫਿਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਣਗੇ ਬਿਲਕੁਲ ਸਹੀ ਹੈ ਔਰ ਇੱਥੇ ਕੋਰੀਡੋਰ ਦਾ ਖੁੱਲ ਜਾਣਾ ਮਾੜੀ ਗੱਲ ਨਹੀਂ ਕਿਉਂਕਿ ਜਿਹੜਾ ਸਿੱਖ ਧਰਮ ਹੈ ਉਹ ਆਪਣੀ ਅਰਦਾਸ ਦੇ ਵਿੱਚ ਵੀ ਇਹ ਜਿਹੜੀ ਆ ਲਾਈਨ ਜਿਹੜੀ ਬੋਲੀ ਜਾਂਦੀ ਹੈ ਅਰਦਾਸ ਕੀਤੀ ਜਾਂਦੀ ਹੈ ਕਿ ਸਿੱਖ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈ ਉਹ ਸਿੱਖ ਸੰਗਤਾਂ ਨੂੰ ਦਿੱਤਾ ਜਾਵੇ ਉਹਨਾਂ ਦੇ ਹਿੱਸੇ ਆਵੇ ਕਿ ਜਿਹੜੀ ਸਿੱਖ ਸੰਗਤ ਦੀ ਜਿਹੜੀ ਇੱਕ ਮੁਰਾਦ ਹੈ ਇੱਕ ਅਰਦਾਸ ਸੀ ਉਹ ਪੂਰੀ ਹੋਣ ਜਾ ਰਹੀ ਹੈ ਚੰਗੀ ਗੱਲ ਹੈ ਕੋਰੀਡੋਰ ਖੁੱਲ੍ਹਣਾ ਚਾਹੀਦਾ ਔਰ ਖੁੱਲ੍ਹੇ ਦਰਸ਼ਨ ਦੀਦਾਰੇ ਹੋਣੇ ਚਾਹੀਦੇ ਹੈ ਪਰ ਜੇਕਰ ਇਹਨਾਂ ਧਰਮ ਦੇ ਨਾਂ ਤੇ ਖੁੱਲਿਆ ਹੋਇਆ ਇੱਕ ਲਾਂਘਾ ਜੇਕਰ ਦੋਨਾਂ ਪਾਸਿਆਂ ਦੇ ਲੋਕਾਂ ਦੀ ਜਾਨ ਦਾ ਖੌਫ ਬਣਦਾ ਹੈ ਤਾਂ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਬਿਲਕੁਲ ਇਸ ਤੇ ਵੀ ਸਿਆਸਤ ਖੇਲੀ ਜਾ ਰਹੀ ਹੈ ਸਿਆਸਤ ਖੇਲੀ ਜਾਣੀ ਹੈ ਔਰ ਵੱਡੇ ਪੱਧਰ ਤੇ ਖੇਲੀ ਜਾਣੀ ਹੈ ਔਰ ਪਾਕਿਸਤਾਨ ਦੇ ਵੱਲੋਂ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਇੱਕ ਸ਼ੁਰੂਆਤ ਇਹਦੀ ਜਿਹੜੀ ਕਰ ਦਿੱਤੀ ਗਈ ਹੈ ਸ਼ੁਰੂਆਤ ਹੋ ਚੁੱਕੀ ਹੈ ਪਰ ਇੱਥੇ ਹੁਣ ਸੋਚਣਾ ਭਾਰਤ ਨੂੰ ਪੈਣਾ ਕਿ ਸੋਚਣ ਵਾਲੀ ਵੱਡੀ ਗੱਲ ਹੈ ਕਿ ਜਿਹੜੇ ਖਾਸ ਕਰਕੇ ਬਾਰਡਰ ਦੇ ਜਿਹੜੀ ਸੁਰੱਖਿਆ ਉਹਨੂੰ ਕਿਸ ਤਰੀਕੇ ਦੇ ਨਾਲ ਹੋਰ ਜਿਹੜਾ ਇੱਕ ਮਤਲਬ ਉਹਨੂੰ ਸੁਰੱਖਿਅਤ ਬਣਾਇਆ ਜਾਵੇ ਕਿਸ ਤਰੀਕੇ ਦੇ ਹੋਰ ਪ੍ਰਬੰਧ ਕੀਤੇ ਜਾਣ ਕਿੱਦਾਂ ਦਾ ਸਾਡਾ ਉਧਰ ਆਉਣ ਜਾਣ ਦੇ ਜਿਹੜੇ ਪ੍ਰਬੰਧ ਆ ਕਿਸ ਤਰੀਕੇ ਦੇ ਹੋਣੇ ਚਾਹੀਦੇ ਆ ਕਿ ਜਿਹੜਾ ਇਹ ਪਾਰਦਰਸ਼ੀ ਤਰੀਕੇ ਦੇ ਨਾਲ ਸਿੱਖ ਸੰਗਤਾਂ ਜਾਣ ਤੇ ਜਿਹੜੇ ਉਧਰੋਂ ਜਿਹੜੇ ਸ਼ਰਧਾਲੂ ਆਉਣੇ ਆ ਉਹ ਪਾਰਦਰਸ਼ੀ ਤਰੀਕੇ ਦੇ ਨਾਲ ਆਉਣ ਰਵੀ ਜੀ ਜਿਹੜਾ ਰੈਫਰੈਂਡਮ 2020 ਹੈ ਜਿਹਨੂੰ 5 ਸਾਲ ਲਈ ਰੋਕ ਦਿੱਤਾ ਗਿਆ ਜਿਵੇਂ ਤੁਸੀਂ ਦੱਸਿਆ ਉਹਨਾਂ ਵੱਲੋਂ ਹੁਣ ਕੋਈ ਕਾਰਵਾਈ ਕੀਤੀ ਜਾਏਗੀ ਕਿਉਂਕਿ ਇਹ ਤਾਂ ਸਰਕਾਰ ਦਾ ਫੈਸਲਾ ਹੈ ਕਿ 5 ਸਾਲ ਲਈ ਇਹਨੂੰ ਰੋਕਿਆ ਜਾਵੇ ਉਹ ਵੀ ਦੇਖੋ ਜਿਹੜੀਆਂ ਇਹੋ ਜਿਹੀ ਲਹਿਰ ਪੈਦਾ ਕਰਨ ਵਾਲੇ ਲੋਕ ਹੁੰਦੇ ਆ ਨਾ ਉਹ ਬਹੁਤ ਵੱਡੇ ਪੱਧਰ ਤੇ ਸੋਚ ਕੇ ਚੱਲਦੇ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਆਪਣੇ ਦੇਸ਼ ਦੇ ਨਾਲ ਭਾਰਤ ਦੇ ਨਾਲ ਜਿਹੜਾ ਇੱਕ ਕਹਿ ਲਓ ਕਿ ਸਾਨੂੰ ਇਸ ਤੋਂ ਬਾਅਦ ਦੇਸ਼ ਧਰੋਹੀ ਗਰਦਾਨ ਦਿੱਤਾ ਜਾਊਗਾ ਵੱਡੇ ਪੱਧਰ ਤੇ ਸੋਚ ਕੇ ਚੱਲਦੇ ਆ ਉਹਨਾਂ ਨੇ ਤਾਂ ਜਦੋਂ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਕਿ 15 ਅਗਸਤ ਨੂੰ ਜਿਹੜਾ ਵੱਖ ਵੱਖ ਦੇਸ਼ਾਂ ਦੇ ਵਿੱਚ ਝੰਡਾ ਲਹਿਰਾਉਣ ਦੀ ਗੱਲ ਕੀਤੀ ਹੈ ਤਾਂ ਉਹ ਪਾਬੰਦੀ ਤੋਂ ਬਾਅਦ ਹੀ ਹੈ ਨਾ ਪਾਬੰਦੀ ਤਾਂ ਲੱਗੀ ਆ ਪਰ ਉਹਨਾਂ ਦੇ ਵੱਲੋਂ ਕੌਲ ਇਹ ਹੈ ਕਿ ਅਸੀਂ ਝੰਡਾ ਲਹਿਰਾਵਾਂਗੇ ਸਾਡੀ ਜਿਹੜੀ ਲਹਿਰ ਆ ਉਹਨੂੰ ਤੁਸੀਂ ਦਬਾ ਨਹੀਂ ਸਕਦੇ ਫਿਕਰਮੰਦੀ ਇਸ ਗੱਲ ਦੀ ਹੈ ਫਿਕਰ ਇਹ ਬਣਦਾ ਕਿ ਜੇਕਰ ਰੈਫਰੈਂਡਮ 2020 ਦੀ ਜਿਹੜੀ ਲਹਿਰ ਹੈ ਇਹ ਬੇਸ਼ੱਕ ਸਾਡੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਨਾ ਹੋਵੇ ਪਰ ਵਿਦੇਸ਼ਾਂ ਦੇ ਜਿਹੜੇ ਸਿੱਖ ਕਮਿਊਨਿਟੀ ਦੇ ਲੋਕ ਨੇ ਉਹ ਵੱਡੇ ਪੱਧਰ ਤੇ ਸਮਰਥਨ ਕਰ ਰਹੇ ਆ ਪਰ ਪੂਰੇ ਜੇਕਰ ਸਿੱਖ ਭਾਈਚਾਰੇ ਦੀ ਗੱਲ ਕਰੀਏ ਜੇਕਰ ਆਪਾਂ ਸਾਰੇ ਸਿੱਖ ਧਰਮ ਦੀ ਗੱਲ ਕਰ ਲਈਏ ਤਾਂ ਸਾਰੇ ਮੈਨੂੰ ਲੱਗਦਾ ਕਿ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਲੋਕ ਹੈ ਉਹਨਾਂ ਦਾ ਸਮਰਥਨ ਨਹੀਂ ਖਾਲਿਸਤਾਨ ਨੂੰ ਸਿਰਫ ਤੇ ਸਿਰਫ ਕੁਛ ਲੋਕ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਔਰ ਜਿਨ੍ਹਾਂ ਦੀ ਅਗਵਾਈ ਗੁਰਪਤਵੰਤ ਸਿੰਘ ਪੰਨੂ ਵੱਲੋਂ ਕੀਤੀ ਜਾਂਦੀ ਹੈ ਉਹੀ ਲੋਕ ਨੇ ਜਿਹੜੇ ਇਹਨੂੰ ਮਤਲਬ ਵੱਡੇ ਪੱਧਰ ਤੇ ਬੜਾਵਾ ਦੇਣ ਦੀ ਗੱਲ ਕਰਦੇ ਆ ਔਰ ਇਹ ਸਾਜ਼ਿਸ਼ ਜਿਹੜੀ ਹੈ ਆਪਦੇ ਦੇਸ਼ ਦੇ ਨਾਲ ਦੇਸ਼ ਧਰੋਹ ਕਰਨਾ ਕੋਈ ਛੋਟੇ ਲੈਵਲ ਦੀ ਗੱਲ ਨਹੀਂ ਹੁੰਦੀ ਇਸ ਨੂੰ ਪਾਕਿਸਤਾਨ ਦਾ ਬਹੁਤ ਵੱਡਾ ਇਹਦੇ ਵਿੱਚ ਸਮਰਥਨ ਹੈ ਔਰ ਉਹ ਵੱਡੇ ਪੱਧਰ ਤੇ ਜੇਕਰ ਪਿੱਛੇ ਆਪਾਂ ਨਿਗਾਹ ਮਾਰ ਲਈਏ ਜਦੋਂ
ਆਪਣਾ ਜਰਨੈਲ ਸਿੰਘ ਭਿੰਡਰਾ ਭਿੰਡਰਾ ਵਾਲਿਆਂ ਦੇ ਨਾਲ ਜਿਹੜਾ ਭਾਰਤ ਸਰਕਾਰ ਦਾ ਐਡਾ ਟਕਰਾਅ ਹੋਇਆ ਸੀ, ਉਸ ਵੇਲੇ ਵੀ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੇ ਸਪਸ਼ਟ ਤੌਰ ਤੇ ਇਹ ਗੱਲ ਕਹਿੰਦੇ ਸੀ ਕਿ ਸਾਨੂੰ ਭਾਰਤ ਦੀ ਆਰਮੀ ਤੋਂ ਭਾਰਤ ਦੀ ਸੁਰੱਖਿਆ ਤੋਂ ਕੋਈ ਡਰ ਨਹੀਂ, ਕਿਉਂਕਿ ਥੋੜੀ ਦੂਰ ਤੇ ਪਾਕਿਸਤਾਨ ਦਾ ਬਾਰਡਰ ਹੈ, ਅਸੀਂ ਉੱਥੇ ਕੁਛ ਮਿੰਟਾਂ ਦੇ ਵਿੱਚ ਪਹੁੰਚ ਜਾਣਾ ਔਰ ਉੱਥੋਂ ਅਸੀਂ ਭਾਰਤ ਦੀ ਸੈਨਾ ਦੇ ਨਾਲ ਲੜਾਈ ਆਰੰਭ ਸਕਦੇ ਹਾਂ। ਤਾਂ ਬਹੁਤ ਵੱਡੀ ਉਦਾਹਰਨ ਹੈ ਇਹ ਸਾਡੇ ਕੋਲ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਪਾਕਿਸਤਾਨ ਆ ਜਿਹੜਾ ਕਿਤੇ ਨਾ ਕਿਤੇ ਚਾਹੁੰਦਾ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ, ਕਿਉਂਕਿ ਪੰਜਾਬ ਹੈ ਇੱਕ ਜਿਹੜੀਆਂ ਵੱਡੀਆਂ ਤਾਕਤਾਂ ਦਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਭਾਰਤ ਵਿਰੋਧੀ ਉੱਠਣ ਵਾਲੀਆਂ ਆਵਾਜ਼ਾਂ, ਪੰਜਾਬ ਦੇ ਵਿਰੋਧ ਚ ਉੱਠਣ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੇ ਲਈ ਸਭ ਤੋਂ ਪਹਿਲਾਂ ਪੰਜਾਬ ਮੋਹਰੀ ਹੁੰਦਾ ਔਰ ਪੰਜਾਬ ਨੂੰ ਦਬਾਉਣ ਦੇ ਲਈ, ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦੇ ਲਈ ਇਹ ਪਾਕਿਸਤਾਨ ਦੀਆਂ ਜਿਹੜੀਆਂ ਜਿਹੜੀਆਂ ਘਨੌਣੀਆਂ ਕਾਰਵਾਈਆਂ ਕਰਤੂਤਾਂ ਪਹਿਲਾਂ ਤੋਂ ਚੱਲੀ ਆਉਂਦੀਆਂ, ਇਹ ਨਵੀਆਂ ਨਹੀਂ। ਪਰ ਇੱਥੇ ਜਿਹੜਾ ਅਸੀਂ ਸਾਡੇ ਲੋਕਾਂ ਦੇ ਵੱਲੋਂ ਉਹਨਾਂ ਦੀਆਂ ਕਾਰਵਾਈਆਂ ਦੇ ਵਿੱਚ ਸ਼ਾਮਿਲ ਹੋ ਜਾਣਾ, ਇਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਕਿ ਅਸੀਂ ਆਪਣੇ ਘਰ ਨੂੰ ਖੁਦ ਹੀ ਉਜਾੜਨ ਦੇ ਵਿੱਚ ਲੱਗੇ ਹੋਏ ਆ। ਤੇ ਪਾਕਿਸਤਾਨ ਦਾ ਵੀ ਇੱਕ ਪਾਸੇ ਤੇ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹੋਏ ਸੀ ਕੋਰੀਡੋਰ ਖੋਲ ਰਹੇ, ਦੂਜੇ ਪਾਸੇ ਇਦਾਂ ਸਮਰਥਨ ਕਰਨਾ, ਕਿਤੇ ਨਾ ਕਿਤੇ ਪਾਕਿਸਤਾਨ ਮਤਲਬ ਅਸੀਂ ਉਹਨਾਂ ਤੇ ਭਰੋਸਾ ਕਰ ਹੀ ਨਹੀਂ ਸਕਦੇ ਕਿ ਪਾਕਿਸਤਾਨ ਕਦੀ ਇੰਡੀਆ ਵਾਸਤੇ ਚੰਗਾ ਹੋਊਗਾ ਜਾਂ ਇੰਡੀਆ ਦਾ ਬਣੂਗਾ। ਬਿਲਕੁਲ, ਔਰ ਇਹ ਮੈਨੂੰ ਐਂ ਲੱਗਦਾ ਜੇਕਰ ਆਪਾਂ ਛੋਟੀ ਜਿਹੀ ਇੱਕ ਉਦਾਹਰਣ ਦੇਖ ਲਈਏ ਕਿ ਕਈ ਵਾਰ ਨਾ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜੇ ਗਵਾਂਢੀ ਹੁੰਦੇ ਆ, ਗਵਾਂਢੀ ਨੂੰ ਉਜਾੜਨ ਦੇ ਵਿੱਚ ਲੱਗ ਜਾਂਦੇ ਆ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੂੰ ਇਹਨਾਂ ਦੇ ਘਰ ਦੇ ਵਿੱਚ ਲੜਾਈ ਪਵਾਈ ਜਾਵੇ ਜਾਂ ਫਿਰ ਇਹਨਾਂ ਦਾ ਕਿਸੇ ਨਾ ਕਿਸੇ ਤਰੀਕੇ, ਕਿਉਂਕਿ ਜੇ ਇਹ ਇਹਨਾਂ ਦਾ ਘਰ ਉਜੜੇਗਾ ਤੇ ਇੱਥੇ ਕਬਜ਼ਾ ਸਾਡਾ ਹੋਣਾ, ਤੇ ਪਾਕਿਸਤਾਨ ਦੀ ਵੀ ਕਿਤੇ ਨਾ ਕਿਤੇ ਸੋਚ ਇਹ ਹੋ ਸਕਦੀ ਹੈ। ਤੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਹੋਰ ਕਿੰਨੀਆਂ ਕੁ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ, ਜਿਹੜਾ ਪੰਜਾਬ ਅੱਜ ਨਸ਼ੇ ਦੀ ਦਲਦਲ ਚ ਧਸਿਆ ਪਿਆ, ਕਿਸਾਨੀ ਜਿਹੜੀ ਆ ਕਰਜ਼ਾਈ ਹੋਈ ਪਈ ਆ, ਜਿਹੜੇ ਨੌਜਵਾਨ ਆ ਬੇਰੁਜ਼ਗਾਰ ਤੁਰੇ ਫਿਰਦੇ ਆ, ਇੰਨੀਆਂ ਸਮੱਸਿਆਵਾਂ ਦੇ ਨਾਲ ਜੂਝਣ ਤੋਂ ਬਾਅਦ ਆਹ ਜਿਹੜੀ ਇੱਕ ਵੱਡੀ ਮੁਸੀਬਤ ਪੈ ਗਈ ਆ, ਇਹਦਾ ਪੰਜਾਬ ਸਾਹਮਣਾ ਕਿਵੇਂ ਕਰੂਗਾ? ਜੀ ਬਿਲਕੁਲ, ਤੇ ਰਵੀ ਜੀ ਇੱਥੇ ਵੇਲਾ ਹੋ ਗਿਆ ਸਾਡੀ ਆਡੀਅੰਸ ਕੋਲੋਂ ਇਜਾਜ਼ਤ ਲੈਣ ਦਾ, ਤੇ ਅਗਲੀ ਵਾਰ ਫਿਰ ਮਿਲਾਂਗੇ ਕੁਝ ਹੋਰ ਨਵੇਂ ਸੀਰੀਅਸ ਮੁੱਦਿਆਂ ਦੇ ਉੱਤੇ ਤੇ ਉਹਨਾਂ ਤੇ ਮਾਰਾਂਗੇ ਉਲਟ ਪੁਲਟ ਨਿਗਾਹ, ਤੇ ਤੁਹਾਨੂੰ ਦੱਸਾਂਗੇ ਕਿ ਕਿਹੜੇ ਹੋਰ ਨਵੇਂ ਐਂਗਲ ਤੋਂ ਜਾਂ ਨਵੇਂ ਤਰੀਕੇ ਨੂੰ ਖਬਰ ਨਾਲ ਦੇਖਿਆ ਜਾ ਸਕਦਾ, ਕਿਹੜੀ ਨਵੀਂ ਕਹਾਣੀ ਵਿੱਚੋਂ ਦੀ ਨਿਕਲ ਕੇ ਆ ਸਕਦੀ ਹੈ ਜਿਹੜੀ ਸੱਚ ਵੀ ਹੋ ਸਕਦੀ ਹੈ। ਤੇ ਅਗਲੀ ਵਾਰ ਫਿਰ ਮਿਲਾਂਗੇ ਇੱਥੇ ਹੀ ਤੁਹਾਡੇ ਫੇਵਰੇਟ ਸ਼ੋਅ ਵਿੱਚ ਉਲਟ ਪੁਲ ਦੇ ਵਿੱਚ, ਤੇ ਮੈਂ ਅਨੁਕੌੜਾ ਤੇ ਰਵੀ ਜੀ ਦੇਣਗੇ ਤੁਹਾਡਾ ਸਾਥ ਇਸ ਵਾਰ ਦੇ ਲਈ। ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।